कुलदीप सिंह जी, मेरी आवाज तोड़ तक पहुंच रही है। तो 11 रुपए का इजाफा शगन वाला काम कर दिता मुख्यमंत्री, कहते काफी है, संतुष्ट हो? देखो साढ़े बड़े सत्कारयोग सीएम साहब ने, पर उन्होंने मैनु लगता पे हजे भी अपने जिस तरह लोग कह रहे हैं जो रंगमंच तो वह साढ़े उन्होंने जो पिछे पेशा सी तो बहर नहीं निकल सके अज तक। सगन गौरव जी 11 रुपए का भी हुंदा ते सगन 21 रुपए का भी हुंदा ते सगन 51 रुपए का भी हुंदा। जो साड़ी डिमांड्स सी ओ सीगी 450 रुपया। पिछले साल जदों पिछले साल धरने मजारे होए धारीवाल साहब नाल मीटिंग हुई उदों असीं इन्हां नूं अपने कॉस्ट ऑफ मनी जिहड़ा साडा गन्ना पैदा करन ते हुंदा ਉਹ 470 ਰੁਪਏ ਪਲੱਸ ਆ ਰਿਹਾ ਸਾਡਾ ਖਰਚਾ, ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ 100 ਰੁਪਏ ਘਾਟੇ ਤੇ ਇਹ ਪੈਦਾਵਾਰ ਗੰਨੇ ਦੀ ਕਾਸ਼ਤ ਕਰ ਰਹੇ ਹਾਂ। ਤੇ ਇਹ ਜੋ 11 ਰੁਪਏ ਦਾ ਅੱਜ ਸੀਐਮ ਸਾਹਿਬ ਨੇ ਵਾਅਦਾ ਕੀਤਾ ਆ ਜਾਂ ਨੋਟੀਫਿਕੇਸ਼ਨ ਜਾਰੀ ਕੀਤਾ ਆ, ਇਹ ਆਪਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਬਈ ਇਹ ਜੇ ਤਾਂ ਇੰਨੇ ਹੀ ਪੈਸੇ ਦੇਣੇ ਸੀ ਉਹ ਜਾਂ ਤਾਂ ਇੱਕ ਮਹੀਨਾ ਪਹਿਲਾਂ ਡੇਢ ਮਹੀਨਾ ਪਹਿਲਾਂ ਐਲਾਨ ਕਰ ਦਿੰਦੇ, 15 ਦਿਨ ਲੋਕਾਂ ਨੂੰ ਖੱਜਲ ਖੁਆਰ ਕਰਕੇ ਸੜਕਾਂ ਤੇ ਬਿਠਾ ਕੇ ਕਿਸਾਨਾਂ ਨੂੰ ਲਾਈਨਾਂ ਤੇ ਬਿਠਾ ਕੇ ਪਰਚਾ ਦਰਜ ਪਰਚੇ 300 ਪਲੱਸ ਕਰਕੇ ਸਾਡੇ ਤੇ, ਤੇ ਜਿਹੜਾ ਖੁਦ ਸੀਐਮ ਸਾਹਿਬ ਦੇ ਅਸੀਂ ਉਹ ਗੱਲ ਸਮਝਦੇ ਹਾਂ ਵੀ ਆਪਣੀ ਜਵਾਨ ਤੇ ਪੂਰੇ ਨਹੀਂ ਉਤਰੇ। ਉਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ 14 ਰੁਪਈਏ ਹਰਿਆਣਾ ਗੌਰਮੈਂਟ ਨੇ ਇਹ ਵਧਾਇਆ ਇਸ ਵਾਰ ਰੇਟ, ਤੇ ਮੈਂ ਉਸ ਤੋਂ ਪਲੱਸ ਕਰਕੇ ਰੇਟ ਤੁਹਾਨੂੰ ਦੇਵਾਂਗਾ। ਜੋ ਸਾਡੀ ਆਸ ਸੀ ਵੀ ਲਗਭਗ 400 ਦੇ ਕਰੀਬ ਜਾਂ 400 ਤੋਂ ਪਲੱਸ ਸਾਨੂੰ ਰੇਟ ਸੀਐਮ ਸਾਹਿਬ ਦੇਣਗੇ। ਸੋ ਅਸੀਂ ਕਿਤੇ ਨਾ ਕਿਤੇ ਨਾ ਖੁਸ਼ ਹਾਂ ਇਸ ਰੇਟ ਤੋਂ, ਕਿਉਂਕਿ ਇਹ ਵਾਧਾ ਬਹੁਤ ਘੱਟ ਆ ਤੇ ਨਾ ਕਾਫੀ ਆ। ਚਲੋ ਮੈਂ ਇੱਕ ਹੋਰ ਛੋਟਾ ਜਿਹਾ ਸਵਾਲ ਹੈ, ਕਿਉਂਕਿ ਵਾਰ ਵਾਰ ਜ਼ਿਕਰ ਹੋ ਰਿਹਾ ਕਿ ਦੇਸ਼ ਦੇ ਵਿੱਚ ਸਭ ਤੋਂ ਵੱਧ ਗੰਨੇ ਦਾ ਰੇਟ ਪੰਜਾਬ ਦੇ ਵਿੱਚ ਹੈ। ਦੇਖੋ ਰੇਟ ਮੰਨ ਲੈਂਦੇ ਆ ਵੱਧ ਵਾ, ਇਹ ਜੇਕਰ ਅੰਦਰ ਸੀਐਮ ਸਾਹਿਬ ਦੀ ਮੀਟਿੰਗ ਚ ਵੀ ਹੋਇਆ ਸੀ, ਮੈਂ ਖੁਦ ਮੀਟਿੰਗ ਅਟੈਂਡ ਕਰਕੇ ਅਸੀਂ 7-8 ਜਥੇਬੰਦੀਆਂ ਮੀਟਿੰਗ ਉੱਥੇ ਅਟੈਂਡ ਕਰਕੇ ਆਈਆਂ ਸੀ, ਠੀਕ ਹੈ, ਤੇ ਉਸ ਮੀਟਿੰਗ ਦਾ ਅਸੀਂ ਵੀ ਹਿੱਸਾ ਸੀ ਦੁਆਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ, ਮੈਂ ਨੁਮਾਇੰਦਗੀ ਕੀਤੀ ਸੀ ਤੇ ਅਸੀਂ ਵੀ ਉਦਣ ਇਹ ਚਰਚਾ ਕੀਤੀ ਸੀ ਵੀ ਸੀਐਮ ਸਾਹਿਬ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਮੈਂ ਦੇਸ਼ ਦਾ ਸਭ ਤੋਂ ਉੱਚਾ ਰੇਟ ਦੇਊਂਗਾ, ਤੇ ਉਹਦੇ ਵਿੱਚ ਸੀਐਮ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਸੀ ਵੀ ਹੋ ਸਕਦਾ ਤੁਸੀਂ ਤੁਹਾਡੇ ਮਾਇੰਡ ਚ ਇਹ ਨਾ ਹੋਵੇ ਵੀ ਤੁਸੀਂ 1 ਜਾਂ 2 ਰੁਪਈਏ ਵਧਾ ਦਵੋ, ਪਰ ਇੰਨੇ ਨਾਲ ਗੱਲ ਨੀ ਬਣਨੀ, ਇੰਨੇ ਨਾਲ ਗੌਰਵ ਜੀ ਕਿਉਂ ਨੀ ਗੱਲ ਬਣਨੀ। ਸੀਐਮ ਸਾਹਿਬ ਨੇ 30-40 ਹਜ਼ਾਰ ਰੁਪਈਆ ਸਾਡਾ ਨੁਕਸਾਨ ਕਰ ਦਿੱਤਾ ਇਹਨਾਂ 15 ਦਿਨਾਂ ਚ, ਕਿ 15 ਦਿਨ ਲੇਟ ਹੋ ਗਈਆਂ ਮਿੱਲਾਂ ਚੱਲਣ ਨੂੰ, ਜਿਹੜੀ ਅਸੀਂ ਮੋਢਾ ਗੰਨੇ ਦੀ ਫਸਲ ਕੱਟ ਕੇ ਕਣਕ ਬੀਜਣੀ ਸੀ ਉਹ ਅੱਜ ਨਹੀਂ ਬੀਜੀ ਜਾ ਸਕਦੀ। ਹਜ਼ਾਰਾਂ ਹੀ ਏਕੜ ਪੰਜਾਬ ਦੇ ਵਿੱਚ ਜਿਹੜੀ ਫਸਲ ਵਾ ਉਹ ਕਣਕ ਦੀ ਘੱਟ ਪੈਦਾਵਾਰ ਹੋਊਗੀ ਜਿਹੜੀ ਗੰਨੇ ਦੇ ਵੱਢ ਕਣਕ ਬੀਜਦੇ ਅਸੀਂ ਗੰਨਾ ਫਿਰ, ਠੀਕ ਹੈ। ਚਲੋ ਮੈਂ ਤੁਹਾਡੇ ਕੋਲ ਵਾਪਸ ਆਊਂਗਾ, ਮੈਂ ਇੱਕ ਵਾਰ ਸਾਰਿਆਂ ਨੂੰ ਐਡ ਕਰਾਂ ਅੱਜ ਦੇ ਜਿਹੜੇ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ ਸੰਘੇੜਾ ਸਾਹਿਬ, ਕਹਿੰਦੇ ਸ਼ਗਨ ਵਾਲਾ ਲਿਫਾਫਾ ਤਾਂ ਬਹੁਤ ਸੋਹਣਾ ਸੀ, ਜਦੋਂ ਵਿੱਚੋਂ ਖੋਲਿਆ ਤਾਂ ਜਿਹੜੀ ਰਕਮ ਸੀ ਉਹ ਪਸੰਦ ਨਹੀਂ ਆਈ। ਹੁਣ ਗੱਲ ਹੈ ਕਿ ਸ਼ਗਨ 11 ਵਾਲਾ ਵੀ ਹੋ ਸਕਦਾ ਸੀ, 21 ਵਾਲਾ ਵੀ, ਇਨਫੈਕਟ ਉਹਨਾਂ ਨੇ 31-52 ਦਾ ਵੀ ਜ਼ਿਕਰ ਕਰ ਦਿੱਤਾ। ਮੈਂ ਤਾਂ ਅੱਗੇ ਜ਼ਿਕਰ ਕਰ ਦਿੰਦਾ ਕਿ 101 ਵੀ ਹੁੰਦਾ, 501 ਵੀ ਹੁੰਦਾ, 1100 ਵੀ ਹੁੰਦਾ, ਤਾਂ ਸਮਰੱਥਾ ਦੇ ਮੁਤਾਬਿਕ ਗੱਲ ਹੈ, ਪਰ ਜਿਹੜਾ ਖੁਸ਼ ਨਹੀਂ ਹੈ ਕਿਸਾਨ 11 ਰੁਪਏ ਦੇ ਇਜ਼ਾਫੇ ਤੋਂ। ਗੌਰਵ ਜੀ, ਦੇਸ਼ ਦੇ ਵਿੱਚ ਸਭ ਤੋਂ ਵੱਧ ਗੰਨੇ ਦੀ ਕੀਮਤ ਹੈ ਜੀ ਪੰਜਾਬ ਦੇ ਵਿੱਚ, 391 ਰੁਪਏ ਹੋ ਗਈ ਹੈ, 380 ਰੁਪਏ ਸੀਗੀ ਪਹਿਲਾਂ, ਹਰਿਆਣਾ ਨੇ 386 ਕਰਤੀ ਸੀਗੀ। ਔਰ ਜੋ ਵਜੀਦਪੁਰ ਸਾਹਿਬ ਕਹਿ ਰਹੇ ਸੀਗੇ, ਮੈਂ ਸਪਸ਼ਟ ਕਰਨਾ ਚਾਹੁੰਦਾ, ਮੁੱਖ ਮੰਤਰੀ ਸਾਹਿਬ ਨੇ ਸਪਸ਼ਟ ਕਿਹਾ ਸੀਗਾ ਸਾਰਿਆਂ ਤੋਂ ਵੱਧ ਹੋਏਗੀ ਪੰਜਾਬ ਦੀ ਕੀਮਤ, ਸਾਰਿਆਂ ਤੋਂ ਵੱਧ ਕਰ ਦਿੱਤੀ ਹੈ। ਨਾਲੇ ਇਹ ਕਹਿੰਦੇ ਵੀ ਇੱਕ ਨੇ, ਅਸੀਂ ਕਿਹਾ ਸੀ ਵੀ 1 ਰੁਪਈਆ ਜਾਂ 2 ਰੁਪਈਏ ਵਧਾ ਕੇ ਨਾ ਕਰਦੇ ਹੋ ਜਾਂ ਕਿੱਦਾਂ, ਇਹ 11 ਰੁਪਈਏ ਵਧਾਏ ਆ ਔਰ ਬਹੁਤ ਵਧੀਆ ਪ੍ਰਾਈਸ ਹੈ ਇਹ। ਮੈਂ ਗੌਰਵ ਜੀ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਹਾਂ ਕਿ ਜਿਹੜੀ ਹਰਿਆਣੇ ਦੀ ਪ੍ਰਾਈਸ ਆਈ ਵੀ 386 ਵੀ ਕਰਤੀ ਨਾ ਉਹਨਾਂ ਨੇ, ਮੈਂ ਪੜ੍ਹ ਰਿਹਾ ਸੀ ਕਿਤੇ, ਉਹਦੇ ਵਿੱਚ ਉਹ ਕੁਆਲਿਟੀ ਵਾਈਜ਼ ਹੈਗਾ ਆ, ਕੁਛ ਗੰਨੇ ਦੀ ਜਿਹੜੀ ਕੋਈ ਵਰਾਇਟੀ ਆ ਜਿਹਦਾ ਕ੍ਰਿਸਟਲ ਜਿਹੜਾ ਚੀਨੀ ਦਾ ਖੰਡ ਦਾ ਬਣਦਾ ਆ ਉਹਦੇ 'ਚ ਮਿਠਾਸ ਕਿੰਨੀ ਜੋ ਵੀ ਆ ਇਸ ਤਰ੍ਹਾਂ ਦਾ। ਪੰਜਾਬ ਵਿੱਚ ਤਾਂ ਕੋਈ ਇਸ ਤਰ੍ਹਾਂ ਦੀ ਕੋਈ ਡਿਫਰੈਂਸ਼ੀਏਸ਼ਨ ਹੈ ਨਹੀਂ, ਸਿੰਗਲ ਪ੍ਰਾਈਸ ਹੈ ਔਰ ਇਹ ਪ੍ਰਤੀ ਕੁਇੰਟਲ ਹੈ, ਕਈਆਂ ਨੂੰ ਹੋਰ ਘੱਟ ਰੇਟ ਮਿਲੇਗਾ। ਮੇਰਾ ਮਤਲਬ ਉੱਥੇ ਹੇਰਾ ਫੇਰੀ ਹੋਣ ਦੇ ਵੀ ਕਿਸਾਨਾਂ ਦੀ ਐਕਸਪਲੋਇਟੇਸ਼ਨ ਹੋਣ ਦੇ ਵੀ ਜ਼ਿਆਦਾ ਚਾਂਸਿਸ ਹੋ ਜਾਂਦੇ ਨਾ ਜੇ ਤੁਸੀਂ ਗ੍ਰੇਡਿੰਗ ਐਂਡ ਸਟੈਂਡਰਡਾਈਜੇਸ਼ਨ ਵਿੱਚ ਵਾੜ ਦਿਓ ਫੜ ਕੇ, ਬਿਲਕੁਲ। ਔਰ ਐਟ ਦਾ ਸੇਮ ਟਾਈਮ ਕਿਸਾਨ ਵੀਰ ਜਿਹੜਾ ਕਹਿ ਰਿਹਾ ਸੀ ਕਿ 40 ਦਿਨ ਸਾਡੇ ਖਰਾਬ ਕਰਤੇ ਤੇ ਸਾਨੂੰ ਘਟਾ ਕੇ ਪਹਿਲਾਂ ਹੀ ਦੇ ਦਿੰਦੇ, ਸਾਨੂੰ ਐਜੀਟੇਸ਼ਨ ਕਰਨੀ ਪਈ ਜਾਂ ਕਿਸ ਤਰ੍ਹਾਂ, ਦੇਖੋ ਉਹਨਾਂ ਗੱਲਾਂ ਦਾ ਕੋਈ ਵਜ਼ਨ ਨਹੀਂ ਹੈਗਾ, ਕਿਉਂਕਿ ਜਦੋਂ ਫਾਰਮਰ ਫਰੈਂਡਲੀ ਸਰਕਾਰ ਆ, ਪੀਪਲ ਫਰੈਂਡਲੀ ਸਰਕਾਰ ਹੈ, ਸੀਐਮ ਸਾਹਿਬ ਨੇ ਇੱਕ ਵਾਰੀ ਵੀ ਨਹੀਂ ਸੀ ਕਿਹਾ ਵੀ ਨਹੀਂ ਵਧਾਵਾਂਗੇ, ਉਹਨਾਂ ਨੇ ਕਿਹਾ ਸੀ ਨਾਲੇ ਵਧਾਉਣ ਦਾ ਇੱਕ ਪ੍ਰੋਸੀਜਰ ਹੈ ਸਾਰੀਆਂ ਸੰਬੰਧਿਤ ਧਿਰਾਂ ਨਾਲ, ਬਾਕੀ ਮਿੱਲਾਂ ਵਾਲਿਆਂ ਨਾਲ ਵੀ, ਸ਼ੂਗਰ ਫੈਡ ਨਾਲ,
सरकारी इदारों नाल एक्सपर्ट्स नाल सारे नाल मीटिंग करनी होंदी है। एक तुसी हुण एक्सपर्ट नूं भी नाल लिया हैगा, एग्रीकल्चरल प्राइसिस एंड एनालिसिस, एग्रीकल्चरल इकोनॉमिक्स एक साइंस है गौरव जी, क्योंकि पेरिशेबल कमोडिटीज ने एग्रीकल्चर कमोडिटी सारिया ही, ठीक है, ते नाल ही इन्हां दी प्राइस जिहड़ियां सरकार क्यों फिक्स करदी है, क्योंकि किसान आप नहीं फिक्स कर सकता। सूई तो लैके हवाई जहाज तक हर एक व्यक्ति प्रोड्यूसर जिहड़ा प्रोडक्शन करता है वह कीमत निश्चित करता, माचिस तीली डब्बी छोटी जी ओदी भी प्रोड्यूसर जिहड़ा वह कीमत निश्चित करता। इहदे च सरकार की इंटरवेंशन इस करके ही आ कि सब तो वध एक तां फ्रैजल सारियां होंदियां प्राइसिस, इन्हां नूं बहुत वधदियां तां वी लोकां दा नुकसान हुंदा, बिल्कुल घटदियां तां किसान दा नुकसान हुंदा। सो एक साइंस है उहदे विच कित्थे होनी चाहीदी है प्राइस, इहदे ते लोक पीएचडी करदे आ, मैं पीएचडी च सैमिनार दित्ता सीगा इहदे ते, एग्रीकल्चर सपोर्ट प्राइस और सबसिडी इनपुट सबसिडी, ठीक है, सबसिडी भी ताही दित्ती जांदी आ, पानी फ्री दित्ता जांदा, बिजली फ्री दित्ती जांदी आ। देखो इह लॉजिक तां बहुत क्लियर है, जे गन्ने दा रेट वध जाएगा तां उधर शुगर दा रेट भी वधेगा, हर एक कमोडिटी दा, ते और सपोर्ट जिहड़ी सरकारां नूं करनी चाहीदी आ और सरकार कर रही है, ठीक है। चलो ते इहदे च आम किसान खुश ने, सवेरे जदों मैं थोड़े चैनल ते फोन नूं दित्ता उस तों बाद मैं पिंडां च फोन करके मैं बहुत स्पष्ट शब्दां च कह रहे हां, तुसीं कह रहे हो कि जो बेस्ट सी सरकार ने वो कर दिता, तुहाडा ही लॉजिक एग्जैक्टली। मुख्यमंत्री साहब दे असीं बहुत धन्नवादी हां, राधर यह कहना कि मुख्यमंत्री ने साडा सेंटर वाले पासे तों कोई मदद मिली है, देखो इन्हां दे मैं गौरव जी एक दसदा हां, जिहड़े किसान वीर भी कह रहे हैं ना, जिहड़े धरने पहली वारी होए आ कीमतां लैण लई, धरने हुंदे सी गन्ने दा बकाया दिओ, पहला तो बकाए दूजिया पार्टियां दे बेले दे बकाए भगवंत मान साहब ने दिते आके अल्टीमेटली बकाया सारा जीरो करता पास्ट, नहीं तो पांच पांच साल तक गन्ने दी कीमतां नहीं मिलदियां रहियां इत्थे इसे ही स्टेट दे विच, ठीक है जी। असीं सारा कुछ भगवंत मान साहब सारे वर्गां लई कर रहे हैं ना। मैं तुहाडे कोल वापस आना, मैं एक बार सारे दा रुख कर लवां, देखो दोवें धिरां दा बिल्कुल क्लीयर पॉइंट है, ਤੁਸੀਂ 11 ਰੁਪਏ ਨੂੰ ਕਹਿ ਰਹੇ ਹੋ ਕਿ ਬੈਸਟ ਸੀ ਜੋ ਸਰਕਾਰ ਨੇ ਕਰ ਦਿੱਤਾ ਔਰ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹੈ, ਹਰ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤਾ ਹੈ। ਦੂਜੇ ਪਾਸੇ ਕਿਸਾਨ ਆਗੂ ਕਹਿ ਰਹੇ ਨੇ ਕਿ ਨਹੀਂ ਇੰਨਾ ਘੱਟ ਹੈ, ਸਾਨੂੰ ਸੀ ਕਿ 400 ਪਲੱਸ ਹੋਏਗਾ, 400 ਤੋਂ ਪਲੱਸ ਰੇਟ ਹੋਏਗਾ। ਆਪਾਂ ਸਾਰਿਆਂ ਨੂੰ ਇੱਕ ਵਾਰ ਐਡ ਕਰ ਲਈਏ, ਕੁਲਦੀਪ ਜੀ ਥੋੜ੍ਹਾ ਜਿਹਾ ਇੰਤਜ਼ਾਰ ਕਰਿਓ, ਇੱਕ ਵਾਰੀ ਕਿਰਪਾਲ ਜੀ ਔਰ ਗੁਰਦੀਪ ਜੀ ਵੇਟ ਕਰ ਰਹੇ ਨੇ। ਗੁਰਦੀਪ ਜੀ ਮੈਂ ਤੁਹਾਡੇ ਕੋਲ ਆਉਣਾ, ਪਹਿਲਾਂ ਮੈਂ ਕਿਰਪਾਲ ਜੀ ਦਾ ਰੁਖ ਕਰ ਲਵਾਂ। ਕਿਰਪਾਲ ਜੀ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਇਹ ਕਮੈਂਟ ਚਾਹੁੰਦਾ ਤੁਹਾਡਾ ਕਿ 391 ਰੁਪਏ ਰੇਟ ਕਿ ਗੰਨੇ ਦਾ काफी नहीं है, 11 रुपए वाला इजाफा तुहानू नहीं लगता कि काफी है, या तुहाडा की टेक है इस दे उत्ते? गौरव जी जे आपां देखिए ना भई जिस तरह आपां देखदे आं भई 315 रुपए महाराष्ट्र दा रेट है जां यूपी दा 350 रुपए रेट है, जे हरियाणे दा 386, पंजाब दा रेट जिहड़ा आ ओह 391 आ इस वेले, जिहड़ा उहनां ने 11 रुपए होर पाए कर दित्ता। ओह वैसे जे आपां देखिए जिस तरह दे खर्चे ਪੰਜਾਬ ਵਿੱਚ ਵਧੇ ਹੋਏ ਨੇ ਜੀ, ਸਭ ਤੋਂ ਵੱਡਾ ਖਰਚਾ ਲੇਬਰ ਦਾ ਇਸ ਟਾਈਮ ਜਿਹੜਾ ਕਿਸਾਨ ਨੂੰ ਬਹੁਤ ਜ਼ਿਆਦਾ ਆ ਰਿਹਾ, ਤੇ ਉਹਦੇ ਜੇ ਆਪਾਂ ਮੁਤਾਬਕ ਦੇਖੀਏ ਮਹਾਰਾਸ਼ਟਰ ਦਾ ਖਰਚਾ ਜਾਂ ਪੰਜਾਬ ਦਾ ਖਰਚਾ, ਉਹਦੇ ਮੁਤਾਬਕ ਜਿਹੜਾ ਆ ਇਹ ਰੇਟ ਬਹੁਤ ਜ਼ਿਆਦਾ ਨਹੀਂ ਆ, ਠੀਕ ਹੈ। ਚਲੋ ਠੀਕ ਹੈ ਜੇ ਮਾਨ ਸਾਹਿਬ ਨੇ ਕੀਤਾ ਸਵਾਗਤ ਹੈ ਇਸਦਾ, ਪਰ ਜੇ 21 ਜਾਂ 31 ਰੁਪਏ ਹੁੰਦੇ ਤਾਂ ਥੋੜੀ ਜਿਹਾ ਕਿਸਾਨ ਲਈ ਫਾਇਦੇਮੰਦ ਸੀਗਾ। ਤੇ ਜਿਹੜੀ ਗੱਲ ਹੈਗੀ ਆ ਜਿਹੜਾ ਆਪਣਾ ਪੰਜਾਬ ਦਾ ਝਾੜ ਆ ਜੀ ਗੰਨੇ ਦਾ ਜੀ, ਉਹ ਵੀ ਆਪਾਂ ਮਹਾਰਾਸ਼ਟਰ ਨਾਲ ਆਪਾਂ ਜਾਂ ਕਿਸੇ ਨਾਲ ਮਿਲ ਨਹੀਂ ਸਕਦੇ। ਮਹਾਰਾਸ਼ਟਰ ਵਿੱਚ 500 ਤੋਂ ਗੰਨਾ ਕਿਸੇ ਦਾ ਘੱਟ ਨਹੀਂ ਨਿਕਲਦਾ 500 ਕੁਇੰਟਲ ਤੋਂ, ਤੇ ਜਿਹੜੀ ਐਵਰੇਜ ਆਪਣੀ ਇੱਥੇ ਪੰਜਾਬ ਦੀ ਆ ਉਹ 250 ਤੋਂ 300 ਦੇ ਵਿੱਚ ਵਿੱਚ ਆ। ਸੋ ਜੇ ਆਪਾਂ ਸਾਰਾ ਕੁਝ ਦੇਖੀਏ ਜਿਹੜੇ ਮਹਾਰਾਸ਼ਟਰ ਦੇ ਰਿਕਾਰਡ ਵੀ ਆ ਉਹ ਵੀ 1000 ਕੁਇੰਟਲ ਤੋਂ ਉੱਤੇ ਦੇ ਰਿਕਾਰਡ ਆ ਉਹਨਾਂ ਦੇ। ਸੋ ਜਦੋਂ ਸਾਰਾ ਕੁਝ ਆਪਾਂ ਇਕੱਠਾ ਕਰਦੇ ਹਾਂ ਵੀ ਪਰ ਏਕੜ ਕਿੰਨੀ ਇਨਕਮ ਜਿਹੜੀ ਪੰਜਾਬ ਦੇ ਕਿਸਾਨ ਨੂੰ ਹੋਈ ਆ ਉਹ, ਤੇ ਬਾਕੀ ਜਿਹੜੇ ਸਟੇਟਾਂ ਉਹਦੇ ਮੁਤਾਬਕ ਜਦੋਂ ਆਪਾਂ ਦੇਖਦੇ ਹਾਂ ਪੰਜਾਬ ਤੇ ਹਰਿਆਣਾ ਦੋਨੋਂ ਸਟੇਟਾਂ ਦਾ ਜਿਹੜਾ ਇਹ ਰੇਟ ਆ ਘੱਟ ਆ, ਕਿਉਂਕਿ ਜਿਹੜੀ ਪੰਜਾਬ ਸਟੇਟ ਆ ਇਹਦੇ ਵਿੱਚ ਇਹ ਜਿਹੜੀ ਗੰਨਾ ਹੁੰਦੀ C4 ਇਹਨੂੰ ਕਹਿੰਦੇ ਆਪਾਂ ਜਿਹੜੀ ਕਲਟੀਵੇਸ਼ਨ ਆ, ਜਿਹੜੀ ਇਹ ਕਲਟੀਵੇਸ਼ਨ ਆ ਇਹਦੇ ਵਿੱਚ ਇਹ ਹੁੰਦਾ ਵੀ ਜਿਹੜੀਆਂ ਫਸਲਾਂ ਜਿਹਨੂੰ ਜ਼ਿਆਦਾ ਸੂਰਜੀ ਰੋਸ਼ਨੀ ਚਾਹੀਦੀ ਆ ਜਾਂ ਜਿਹਨਾਂ ਨੂੰ ਜ਼ਿਆਦਾ ਗਰਮੀ ਚਾਹੀਦੀ ਆ ਉਹ ਫਸਲਾਂ ਵਿੱਚ ਗੰਨਾ ਆਉਂਦਾ। ਆਪਣੇ ਜਿਹੜਾ ਹਰਿਆਣਾ ਔਰ ਪੰਜਾਬ ਆ ਇਹਦੇ ਵਿੱਚ ਸਿਚੁਏਸ਼ਨ ਇਹ ਆ ਕਿ ਕਾਫੀ ਸਮਾਂ ਜਿਹੜਾ ਠੰਡ ਦਾ ਰਹਿ ਜਾਂਦਾ ਉਹਦੇ ਵਿੱਚ ਗਰੋਥ ਘੱਟ ਹੁੰਦੀ, ਇਸ ਕਰਕੇ ਝਾੜਾਂ ਨੂੰ ਫਰਕ ਪੈਂਦਾ। ਤੋ ਜਿਹੜਾ ਬਾਕੀ ਸਟੇਟਾਂ ਜਿੱਦਾਂ ਯੂਪੀ ਲਾ ਲਈਏ ਜਾਂ ਕੁਛ ਏਰੀਆ ਜਿਹੜਾ ਸਾਰਾ ਮਹਾਰਾਸ਼ਟਰ ਲਾ ਲਈਏ ਉਹਦੇ ਵਿੱਚ ਝਾੜ ਜਿਹੜਾ ਪੰਜਾਬ ਨਾਲ ਜ਼ਿਆਦਾ ਹੁੰਦਾ, ਉਹਨਾਂ ਨੂੰ ਘੱਟ ਰੇਟ ਵੀ ਕਿਸਾਨ ਨੂੰ ਪੁੱਗਦਾ। ਆਪਣੇ ਇੱਥੇ ਠੇਕੇ ਹੀ ਬਹੁਤ ਜ਼ਿਆਦਾ ਵਧੇ ਹੋਏ ਨੇ, ਸਾਰਾ ਕੁਛ ਜਿਹੜਾ ਇੱਦਾਂ ਦਾ ਜਿਹੜਾ ਰਹਿਣ ਸਹਿਣ ਆ ਪੰਜਾਬ ਦਾ, ਠੀਕ ਹੈ, ਉਹ ਵੀ ਬਹੁਤ ਫਰਕ ਆ ਬਾਕੀ ਸਟੇਟਾਂ ਨਾਲੋਂ। ਇਸ ਕਰਕੇ ਜਿਹੜਾ ਰੇਟ ਆ ਉਹ
वैसे तो 450 भी हो जायज है। ठीक है, मैं थोड़े को वापस आना है। गुरदीप गोशा जी साढ़े बीजेपी तो जुड़े हुए हैं, सेंटर दे विच बीजेपी की सरकार है, इस करके जरूरी सी कि असी बीजेपी तो भी सेंटर की सरकार के तौर के उत्ते उन्होंने रिएक्शन लईए। देखो गुरदीप जी, यह लगातार जिक्र हो रहा है कि देश भर के सब तो ज़्यादा गन्ने का रेट पंजाब दे विच है। हालांकि किरपाल जी ने जो लॉजिक दिता वह भी बहुत सॉलिड नज़र आता है कि जो झाड़ का बहुत बड़ा फर्क हो फिर रेट उस तरीके एक एकड़ अलग जोड़ा अमाउंट आ उत्थे पहुँच जाती है कि बाकी तो लगता है कि इस तरीके दे रेट ठीक है। दरअसल केंद्र की सरकार तो भी लगातार मांग करते हैं किसान कि तुसी भी इस वाले पासे ध्यान दवो, सिर्फ ये पंजाब की सरकार का काम नहीं। गौरव जी, पहला तो ये साडा स्पष्ट स्टैंड है जी कि किसानों नू सशक्त करना पेगा, किसानों की आय वधानी पेगी, ता ही साडा देश सूबा तरक्की करेगा। हुण पहली गल मैं भगवंत मान जी की गल तो शुरू करांगा। भगवंत मान जी नू शब्दां दा जाल बड़ा वधिया बुनना आंदा, कहिंदे 11 रुपए शगन दिता, अज जमाना नहीं हैगा 11 रुपए वाला शगन। पहली गल, दूजी गल है तुहाडी गल ते मैं सहमत करदा, तुसीं कहा 21 शगन भी हुंदा, 31 भी हुंदा, 51 भी हुंदा। इन्हां ने हुण गल कीती सगेड़ा साहब ने भगवंत मान जी की सेम लाइन चक्की है कि साडा रेट सब तो ज्यादा है जी। मैं इन्हां नू फर्क दस दिंदा, जिद्दां किरपाल जी ने गल दसी ना, हुण दूजी गल एक होर नाल जोड़ लो, ठीक है, उन्हां ने गल बड़ी सोहणी दसी है। दूजी गल यह है कि जिहड़ी हरियाणे दे विचों सरकारी मिलां जिहड़ियां शुगर मिलां है वह खुद लिफ्टिंग कर दी है, खुद चक दी है। उहदा जिहड़ा हुण अज दा लेबर दा रेट जिहड़ा 50 रुपए सी वह 70 रुपए हो गया, 20 रुपए तो लेबर ने वधाता, हुण 70 रुपया लेबर रेट चक्कण दा लै रही है। तो हरियाणे दे विच जिहड़ी चकाई है वह सरकार शुगर मिलां खुद कर रही है, कित्थों चकाई हुंदी है, खुद कर रही है, महाराष्ट्र च भी खुद कर रही है, तो फिर तो 400 हरियाणे दे विच भी यूपी च भी खेत दे विचों बिल्कुल 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 जी शुगर मिला चकदियां, उत्थे दी लेबर नहीं पैंदी, इत्थे लेबर पै रही पंजाब दे विच, इस करके उत्थे दा रेट तां पहले ही 400 तों प्लस आलरेडी जे हिसाब लाया जावे आपां कहिंदे वध देता, इह चीज़ां दा फर्क है। तुसीं अज जे मैं देखो मैं भगवंत मान जी नूं बेनती करदा, देखो जे अज तुसीं जे सही कीता हुंदा फिर किसानां नूं दुबारा इक तां पहला दिन खराब होए, हुण दुबारा फिर धरने ते बहि गए अज, क्योंकि उन्हां दे जो अंदरले वादे हुंदे होर हुंदे आ, जदों बाहर आ जांदे आ ना भगवंत मान जी वादा खिलाफी कर दिंदे। ਇਹਦੇ ਵੱਲ ਧਿਆਨ ਦੇਣਾ ਚਾਹੀਦਾ, ਹਰ ਵਾਰੀ ਨਹੀਂ ਸ਼ਬਦਾਂ ਦੇ ਜਾਲ 'ਚ ਫਸਾਉਣਾ ਚਾਹੀਦਾ। ਇਹ ਰੇਟ ਠੀਕ ਨਹੀਂ ਹੈ, ਮਹਿੰਗਾਈ ਦੇ ਜ਼ਮਾਨੇ 'ਚ ਤੇ ਡੀਜ਼ਲ ਪੈਟਰੋਲ 'ਤੇ ਵੀ ਜਿਹੜਾ 3 ਵਾਰੀ ਰੇਟ ਵੱਧ ਗਿਆ, ਤੁਹਾਨੂੰ ਇੱਥੇ ਪਤਾ ਹੋਣਾ, ਬਾਕੀ ਸਟੇਟਾਂ 'ਚ ਇੱਦਾਂ ਨਹੀਂ ਵਧਿਆ, ਜਿੰਨੀ ਵਾਰੀ ਇੱਥੇ ਵੱਧ ਗਿਆ ਉਹ ਸਾਰਾ ਪੈ ਕੇ ਇੱਥੇ ਰਿਹਾ, ਉਹ ਕਿਸਾਨਾਂ ਦੇ ਉੱਤੇ ਪੈ ਰਿਹਾ, ਕਿਉਂਕਿ ਕਿਸਾਨਾਂ ਦੀ ਲਿਫਟਿੰਗ ਵੀ ਹੋਣੀ ਹੈ, ਡੀਜ਼ਲ ਪੈਟਰੋਲ ਵੀ ਲੱਗਣਾ, ਲੇਬਰ ਵੀ ਲੱਗਣੀ ਹੈ, ਅਤੇ ਉਹਨਾਂ ਦਾ ਜੇ ਦੇਖਿਆ ਜਾਵੇ ਤਾਂ ਕਿਸਾਨਾਂ ਦਾ ਬੜਾ ਘਾਟਾ। ਹੁਣ ਦੂਜੀ ਗੱਲ ਇਹ ਵੀ ਗੱਲ ਮੈਂ ਕਹਿਣਾ, ਅਸੀਂ ਇਹ ਨਹੀਂ ਕਹਿੰਦੇ ਵੀ ਹਰਿਆਣੇ 'ਚ ਬਹੁਤ ਵਧੀਆ ਰੇਟ ਹੈ, ਅਸੀਂ ਕਹਿੰਦੇ ਹੋਰ ਵਧਣਾ ਚਾਹੀਦਾ, ਕਿਉਂਕਿ ਹਰਿਆਣਾ ਸਰਕਾਰ ਨੇ ਵੀ ਕੀਤਾ ਕੀ ਆ, ਹੁਣ ਉਹਨਾਂ ਨੇ MSP ਮੰਗੀ ਸਰਕਾਰ ਤੋਂ, ਇੱਕ ਕਮੇਟੀ ਜਿਹੜੀ ਹੁੰਦੀ ਹੈ ਕਮੇਟੀ ਗਈ ਹੈ, ਕਮੇਟੀ ਨੇ ਆਪਣਾ ਮੰਗ ਕੀਤੀ ਹੈ, ਪਰ ਪੰਜਾਬ ਸਰਕਾਰ 1.5 ਸਾਲ ਤੋਂ ਕਿਸਾਨਾਂ ਦੀ ਕੋਈ ਵੀ ਕਮੇਟੀ ਬਣਾ ਕੇ ਮੰਗ ਕਰਨ ਹੀ ਨਹੀਂ ਗਈ, ਫਿਰ ਆਪਾਂ ਕੀ ਡਿਮਾਂਡ ਕਰਾਂਗੇ, ਕੀ ਲਵਾਂਗੇ, ਦੱਸੋ ਨਾ, ਠੀਕ ਹੈ ਚਲੋ ਜਵਾਬ ਨਹੀਂ, ਆਪਾਂ ਸੀਰੀਅਸ ਹੀ ਨਹੀਂ ਹੈਗੇ, ਠੀਕ ਹੈ ਜਵਾਬ ਆਪਾਂ ਤਾਂ ਬਾਰ ਬਾਰ ਬਿਆਨ ਪਤਾ ਕੀ ਦਿੰਦੇ ਹਾਂ ਜੀ, ਬਾਰ ਬਾਰ ਬਿਆਨ ਦਿੰਦੇ ਵੀ ਸਾਨੂੰ ਲੋੜ ਨਹੀਂ ਹੈ, ਸਾਡਾ ਖਜ਼ਾਨੇ ਭਰੇ ਹੋਏ ਆ, ਠੀਕ ਹੈ ਮੈਂ ਜਵਾਬ ਲੈਣਾ ਸੰਘੇੜਾ ਸਾਹਿਬ, ਮੈਂ ਤੁਹਾਡੇ ਕੋਲ ਆਵਾਂਗਾ ਕੁਲਦੀਪ ਜੀ, ਥੋੜ੍ਹਾ ਇੰਤਜ਼ਾਰ ਕਰਿਓ ਸੰਘੇੜਾ ਸਾਹਿਬ। ਦੇਖੋ ਦੋਵੇਂ ਬਹੁਤ ਵੈਲਿਡ ਪੁਆਇੰਟ ਨੇ, ਮੈਂ ਅੱਜ ਇਸ ਕਰਕੇ ਕੋਸ਼ਿਸ਼ ਕੀਤੀ ਹੈ ਕਿ ਆਪਾਂ ਐਕਸਪਰਟਸ ਨੂੰ ਵੀ ਨਾਲ ਰੱਖੀਏ, ਕਿਸਾਨ ਆਗੂਆਂ ਨੂੰ ਵੀ, ਇਨਫੈਕਟ ਸੈਂਟਰ ਸਰਕਾਰ ਦੇ ਨੁਮਾਇੰਦੇ ਵੀ ਸਾਡੇ ਨਾਲ ਹੋਣ, ਕਿ ਇਸ ਚੀਜ਼ ਨੂੰ ਸਮਝਿਆ ਜਾਵੇ ਕਿ ਕਿਸਾਨਾਂ ਦੇ ਪੱਲੇ ਪੈ ਕੀ ਰਿਹਾ ਹੈ। ਉਹ ਮਹਾਰਾਸ਼ਟਰ ਦੇ ਨਾਲ ਆਪਾਂ ਕੰਪੇਅਰ ਕਰੀਏ, ਹਰਿਆਣਾ ਨਾਲ, ਯੂਪੀ ਨਾਲ, ਕਿਸੇ ਵੀ ਥਾਂ ਦੇ ਨਾਲ ਕੰਪੇਅਰ ਕਰੀਏ। ਸੰਘੇੜਾ ਸਾਹਿਬ देखो गौरव जी, जो प्राइस पहला भी पंजाब की सब तो वध हुंदी सी उस चीज़ नू मैं मेनटेन किया आ, हुण भी वध है। और जिहड़ी कल्टीवेशन कॉस्ट की गल कर रहे ना कृपाल सिंह हुणी, मैं इहदे बारे कल्टीवेशन प्रैक्टिस दे विच मैनू नहीं बहुता पता, बिचारे एग्रीकल्चर दे एक्सपर्ट ने, मैं इकनोमिक्स बारे दस सकदा जिहड़ी मैं गल कीती आ, प्राइसिज नाल रिलेटड उह चीज़ है। तो और मजोरिटी किसान खुश ने, जिहड़ी गोशा जी गल कर रहे ने, ये बीजेपी का जिहड़ा केंद्र सरकार है, केंद्र सरकार ने तो किया ही किसी कुछ नहीं, वादा खिलाफी है किहड़े हिसाब नाल, भगवंत मान साहब नूं कह रहे हैं, भगवंत मान साहब ने किसानां नाल वादा किया सीगा वह पूरा किया है, और केंद्र सरकार ने तो कोई भी वादा लोगों नाल पूरा नहीं किया। डीजल ते पेट्रोल दीआं प्राइसिज मार्केट प्राइसिज नाल जुड़ियां होईआं, जदों बिल्कुल प्राइसिज कच्चे तेल दीआं घट गईआं सीगीआं तां केंद्र सरकार ने जिहड़ियां इह फ्यूल दीआं प्राइसिज घटाईआं ही नहीं, उस उहनूं सारे पैसे नूं इकट्ठा करके केंद्र सरकार लै गई आ, कंज्यूमर नाल हर एक वर्ग नाल। सब तो वड्डा धोखा तां बीजेपी ने किया आ, इत्थे पंजाब तां सारा कुछ ट्रांसपेरेंट है, नाले मैं पहले ही दस चुका आ, भगवंत मान साहब हर वर्ग का ध्यान रख रहे हैं, पैसा जिहड़ा आ स्टेट एक्सचैकर का पैसा जिहड़ा आ
ਉਹਦੀ ਰੈਸ਼ਨਲ ਯੂਟੀਲਾਈਜੇਸ਼ਨ, ਲੋਕ ਪੱਖੀ ਯੂਟੀਲਾਈਜੇਸ਼ਨ, ਵਿਕਾਸ ਪੱਖੀ ਯੂਟੀਲਾਈਜੇਸ਼ਨ। ਠੀਕ ਹੈ, ਅੱਜ ਫੇਰ ਭਗਵੰਤ ਮਾਨ ਸਾਹਿਬ ਨੇ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਆ। ਠੀਕ ਹੈ, ਮੈਂ ਪੁਆਇੰਟ ਤੇ ਆਵਾਂ, ਬਹੁਤ ਵੱਡੀ ਗੱਲ ਹੈ। 11 ਰੁਪਏ ਦੇਖੋ, ਕਿਸਾਨ ਉਮੀਦ ਕਰ ਰਹੇ ਸੀ ਕਿ 400 ਰੁਪਏ ਕਰ ਦਿੰਦੇ ਘੱਟੋ ਘੱਟ। ਉਮੀਦ ਠੀਕ ਹੈ, 400 ਜਾਂ 400 ਪਲੱਸ ਕਰ ਦਿੰਦੇ ਤੁਸੀਂ। ਦੇਖੋ, ਉਮੀਦ ਵੀ ਠੀਕ ਆ, ਮੰਗ ਕਰਨਾ ਵੀ ਕੋਈ ਮਾੜੀ ਗੱਲ ਨਹੀਂ ਹੈ, ਬਟ ਰੈਸ਼ਨੈਲਿਟੀ ਤਾਂ ਸਰਕਾਰ ਨੇ ਦੇਖਣੀ ਹੁੰਦੀ ਹੈ ਨਾ। ਅੱਜ 37,934 ਹੋ ਗਏ ਬੱਚੇ ਜਿਹਨਾਂ ਨੂੰ ਨੌਕਰੀ ਦਿੱਤੀ ਆ, ਅੱਜ ਫੇਰ ਨਿਯੁਕਤੀ ਪੱਤਰ ਵੰਡ ਰਹੇ ਸੀਗੇ। ਮਤਲਬ ਦੇਖੋ, ਹਰ ਪਾਸੇ ਹੀ ਡਿਵੈਲਪਮੈਂਟ ਹੋ ਰਹੀ ਹੈ, ਦੋਵੇਂ ਦੋਵੇਂ ਪਾਸੇ। ਕੋਈ ਪਾਸੇ ਨਹੀਂ, ਮੈਂ ਗੁਰਦੀਪ ਜੀ ਦਾ ਵੀ, ਜੋ ਪਹਿਲਾਂ ਹਾਲ ਸੀਗਾ ਉਹਨੂੰ ਸੁਧਾਰਨ ਦੀ ਸਭ ਵਰਗਾਂ ਨੂੰ, ਇੱਕ ਸੈਕਿੰਡ, ਇੰਡਸਟਰੀ ਵਾਲਿਆਂ ਦਾ ਵੀ ਧਿਆਨ ਰੱਖਣਾ, ਮੁਲਾਜ਼ਮਾਂ ਦਾ ਵੀ ਧਿਆਨ ਰੱਖਣਾ, ਸਾਰੇ ਪਾਸੇ। ਗੁਰਦੀਪ ਜੀ ਥੋੜੀ ਵੇਟ ਕਰੋ, ਮੈਂ ਤੁਹਾਡੇ ਕੋਲ ਆਣਾ। ਤਰਕ ਸੰਗਤ ਡਿਸਟ੍ਰੀਬਿਊਸ਼ਨ ਹੋਣੀ ਹੈ ਨਾ। ਹਾਂ ਬਿਲਕੁਲ, ਮੈਂ ਉਹੀ ਕਹਿ ਰਿਹਾ ਕਿ ਤਰਕ ਸੰਗਤ ਅੱਜ ਆਪਾਂ ਡਿਬੇਟ ਵੀ ਕਰੀਏ ਕਿ ਕਿਸਾਨ ਕੀ ਚਾਹੁੰਦੇ ਨੇ, ਸਰਕਾਰ ਕੀ ਕਹਿ ਰਹੀ ਹੈ, ਸਰਕਾਰ ਦੇ ਵੀ ਆਪਣੇ ਤਰਕ ਨੇ ਨਾ। ਮੈਂ ਪਹਿਲਾਂ ਕਿਹਾ ਸੀ ਕਿ ਜਦੋਂ ਸ਼ਗਨ ਵਾਲੀ ਗੱਲ ਕੀ ਕੋਈ 11 ਪਾਉਂਦਾ, ਚਲੋ ਅੱਜ ਕੱਲ੍ਹ 11 ਰੁਪਏ ਵਾਲਾ ਜ਼ਮਾਨਾ ਨਹੀਂ ਹੈ, ਅੱਜ ਕੱਲ੍ਹ ਦਾ ਜ਼ਮਾਨਾ 500 ਵਾਲਾ ਵੀ ਨਹੀਂ ਰਿਹਾ, ਕਹਿੰਦੇ ਕਿ 1100 ਘੱਟ ਘੱਟ ਪਾਉਣੇ ਪੈਂਦੇ ਨੇ। ਪਿੰਡਾਂ 'ਚ 11 ਹੀ ਪੈਂਦੇ ਆ, ਜਿਨ੍ਹਾਂ ਕੋਲ ਪੋਲੀਟੀਸ਼ੀਅਨਾਂ ਕੋਲ ਜ਼ਿਆਦਾ ਪੈਸੇ ਆ ਗਏ ਆ ਉਹਨਾਂ ਨੂੰ 11,000। ਮੈਨੂੰ ਲੱਗਦਾ 11 ਵਾਲਾ ਜ਼ਮਾਨਾ ਤਾਂ ਨਿਕਲ ਗਿਆ। ਪਰ ਨਹੀਂ, ਦੇਖੋ ਗੱਲ, ਦੂਜਾ ਪੁਆਇੰਟ ਇਹ ਹੈ ਕਿ ਕੋਈ 11 ਪਾ ਰਿਹਾ, ਕੋਈ 21 ਪਾ ਰਿਹਾ, ਕੋਈ 101, ਕੋਈ 1100, ਕੋਈ 11,000, ਕੋਈ 1,00,000 ਵਾਲੇ ਵੀ ਹੈਗੇ ਆ। ਦੋ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਇੱਕ ਕਰੋੜ ਰੁਪਏ ਪਾ ਦਿੱਤਾ। ਸਮਰੱਥਾ, ਸਮਰੱਥਾ ਦੀ ਗੱਲ ਹੈ। ਕੁਲਦੀਪ ਜੀ, ਕੁਲਦੀਪ ਜੀ, ਹਾਂਜੀ, ਕਹਿੰਦੇ ਤੁਸੀਂ ਮੰਗ ਕਰ ਰਹੇ ਹੋ, ਕੋਈ ਦਿੱਕਤ ਨਹੀਂ, ਮੰਗ ਕਰਨਾ ਤੁਹਾਡਾ ਅਧਿਕਾਰ ਹੈ, ਪਰ ਸਰਕਾਰ ਹਰ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਕੋਈ ਡਿਸਾਈਡ ਕਰਦੀ ਹੈ। ਔਰ ਬਹੁਤ ਇੱਕ ਪਰਫੈਕਟ 11 ਰੁਪਏ ਵਾਲਾ ਜਿਹੜਾ ਇਜ਼ਾਫਾ ਕਰਕੇ ਸ਼ਗਨ ਦੇ ਤੌਰ ਦੇ ਉੱਤੇ ਜਿਹੜਾ ਸਭ ਤੋਂ ਮਹਿੰਗਾ ਰੇਟ ਕਰ ਦਿੱਤਾ ਗਿਆ। ਔਰ ਦੂਜਾ ਪੁਆਇੰਟ ਮੈਂ ਇੱਕ ਹੋਰ ਛੋਟੀ ਜਿਹੀ ਚੀਜ਼ ਵਿੱਚ ਐਡ ਕਰ ਰਿਹਾ, ਇਨਫੈਕਟ ਮੈਂ ਕਿਰਪਾਲ ਜੀ ਤੋਂ ਵੀ ਉਸਦਾ ਰਿਐਕਸ਼ਨ ਲਵਾਂਗਾ, ਪਰ ਪਹਿਲਾਂ ਕੁਲਦੀਪ ਜੀ ਤੁਹਾਡੇ ਤੋਂ। ਆਪਾਂ ਕੰਪੇਅਰ ਕਰੀਏ ਚਾਹੇ ਮਹਾਰਾਸ਼ਟਰ ਨਾਲ, ਚਾਹੇ ਹਰਿਆਣਾ ਦੇ ਨਾਲ, ਉੱਤਰ ਪ੍ਰਦੇਸ਼ ਦੇ ਨਾਲ, ਪਰ ਪੁਆਇੰਟ ਇਹ ਹੈ ਕਿ ਇਹ ਜਿਹੜਾ ਗੰਨੇ ਦਾ ਰੇਟ ਹੈ, ਇਹ ਪਿਛਲੇ ਕਾਫੀ ਸਮੇਂ ਤੋਂ ਇਸ ਤਰੀਕੇ ਨਾਲ ਚੱਲਦਾ ਆ ਰਿਹਾ, ਉਸਨੂੰ ਮੇਨਟੇਨ ਕਰ ਰਹੀਆਂ ਨੇ ਸਰਕਾਰਾਂ। ਮੈਨੂੰ ਯਾਦ ਹੈ 2018 ਦੇ ਵਿੱਚ ਵੀ ਬਹੁਤ ਪ੍ਰਦਰਸ਼ਨ ਹੋਏ ਸੀ, ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਸ ਸਮੇਂ ਵੀ ਧਰਨੇ ਪ੍ਰਦਰਸ਼ਨ ਹੋਏ ਅਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਗੰਨੇ ਦੇ ਰੇਟ ਦੇ ਵਿੱਚ ਇਜ਼ਾਫਾ ਕਰ ਦਿੱਤਾ, ਸ਼ਾਇਦ 35 ਰੁਪਏ। ਤਾਂ ਗੱਲ ਇਹ ਕਿ ਮੇਨਟੇਨ ਹੁੰਦਾ ਆਇਆ ਸਰਕਾਰਾਂ ਦੇ ਵੱਲੋਂ। ਕੁਲਦੀਪ ਜੀ, ਦੇਖੋ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀਗੀ ਉਦੋਂ 4 ਸਾਲ ਤੋਂ ਲਗਾਤਾਰ ਰੇਟ ਨਹੀਂ ਵਧਿਆ ਸੀ, ਤੇ ਖੰਡ ਦੇ ਰੇਟ ਸੀਗੇ 25 ਰੁਪਈਏ ਜੀ। ਤੇ ਉਦੋਂ ਸਾਨੂੰ ਲੱਗਦਾ ਸੀ ਵੀ ਠੀਕ ਆ, ਸਰਕਾਰ ਦੀ ਮਜਬੂਰੀ ਆ। ਅੱਜ ਜਿਹੜੀ ਖੰਡ ਦੇ ਮਾਰਕੀਟ ਰੇਟ ਆ ਉਹ 42 ਤੋਂ 43 ਰੁਪਈਏ ਪਰ ਚੂਨ ਦੇ ਵਿੱਚ ਖੰਡਾ ਮਿੱਲ ਵੇਚ ਰਹੀਆਂ। ਤੇ ਜਿਹੜੀ ਗੰਨੇ ਦੀ ਅਸੀਂ ਜਿਹੜੀ ਮੰਗ ਕਰ ਰਹੇ ਹਾਂ, ਕਿਰਪਾਲ ਜੀ ਦੀ ਗੱਲ ਨਾਲ ਮੈਂ ਸਹਿਮਤ ਹਾਂ, ਜਿੱਦਾਂ ਮਹਾਰਾਸ਼ਟਰ ਦੇ ਵਿੱਚ ਨਹੀਂ ਦੱਸਿਆ ਵੀ ਲੇਬਰ ਘੱਟ ਆ ਤੇ ਪੈਦਾਵਾਰ ਵੱਧ ਆ, ਸਾਡੇ ਪੰਜਾਬ ਦੇ ਵਿੱਚ 70 ਰੁਪਈਏ ਅੱਜ ਲੇਬਰ ਹੋ ਗਈ ਆ ਲੇਬਰ ਦੀ, ਤੇ ਅਸੀਂ ਸਰਕਾਰ ਤੋਂ ਉਨੀ ਹੀ ਮੰਗ ਕਰ ਸਕਦੇ ਹਾਂ, ਕਿਉਂਕਿ ਅਸੀਂ ਸਮਝਦੇ ਸੀ ਵੀ ਠੀਕ ਆ, ਪਿਛਲੇ ਸਾਲ ਵੀ ਸਰਕਾਰ ਨੇ ਸਾਡੇ ਨਾਲ ਮੀਟਿੰਗ ਕਰਕੇ 20 ਰੁਪਏ ਰੇਟ ਵਧਾਇਆ, ਤੇ ਉਹਦੇ ਵਿੱਚ ਮੰਨਿਆ ਸੀ ਵੀ ਠੀਕ ਆ ਤੁਹਾਡਾ, ਬੇਸ਼ੱਕ ਰੇਟ ਇਸ ਵਾਰ ਅਸੀਂ ਉਨਾ ਨਹੀਂ ਵਧਾ ਸਕਦੇ, ਸਾਡੀ ਨਵੀਂ ਸਰਕਾਰ ਆ। ਤੇ ਹੁਣ ਤਾਂ ਸਰਕਾਰ ਨੂੰ 2 ਸਾਲ ਹੋ ਗਏ ਸੀ, ਤੇ ਜਿਹੜੀ ਲੇਬਰ ਦੀ ਗੱਲ ਵਾ ਸਰ, ਸਾਡਾ ਖਰਚਾ ਜਿਹੜਾ ਆ ਉਹ 470 ਰੁਪਈਏ ਇਸ ਵੇਲੇ ਆ ਰਿਹਾ, 100 ਰੁਪਈਏ। ਦੇਖੋ ਮੈਂ ਇੱਕ ਗੱਲ ਕਹਿ ਦਵਾਂ ਕਿ ਇੱਕ ਪਾਸੇ ਤਾਂ ਸਰਕਾਰ ਖੇਤੀ ਵਿਭਿੰਨਤਾ ਦੀ ਗੱਲਾਂ ਕਰਦੀ ਆ, ਤੇ ਅੱਜ ਝੋਨਾ ਜਿਹੜਾ ਆ ਔਰ ਕਣਕ ਗੰਨੇ ਤੋਂ ਉੱਪਰ ਹੋ ਗਏ ਆ, 1,00,000+ ਫਸਲਾਂ ਹੋ ਰਹੀਆਂ ਆ, ਤੇ ਸਾਡੇ ਇੱਥੇ ਠੇਕਾ, ਖਾਸ ਕਰਕੇ ਜੇ ਮੈਂ ਦੁਆਬੇ ਦੀ ਗੱਲ ਕਰ ਲਵਾਂ, ਤੇ ਠੇਕੇ ਵਾਹੀ ਕਰਕੇ ਛੋਟੇ ਕਿਸਾਨ ਨੇ, NRI ਵੀਰਾਂ ਦੀਆਂ ਜ਼ਮੀਨਾਂ ਵਾਹ ਰਹੇ ਨੇ, ਤੇ ਉਹਨਾਂ ਨੂੰ ਠੇਕਾ ਕੱਢ ਕੇ, ਲੇਬਰ ਕੱਢ ਕੇ ਪੱਲੇ ਕੁਛ ਨਹੀਂ ਪੈ ਰਿਹਾ। ਇਹ ਜਦੋਂ ਮੈਂ ਇਹ ਗੱਲ ਸਮਝਦਾ ਆ ਕਿ ਜਦੋਂ ਦੂਜੀਆਂ ਸਰਕਾਰਾਂ ਸੀ, ਇਹੀ ਮਾਨ ਸਾਹਿਬ ਸਾਡੇ ਧਰਨਿਆਂ ਵਿੱਚ ਬੈਠ ਕੇ ਰੇਟ ਦੀ ਮੰਗ ਕਰਦੇ ਸੀ। ਕੁਲਦੀਪ ਜੀ, ਇੱਕ ਛੋਟਾ ਜਿਹਾ ਸਵਾਲ ਹੈ, ਦੇਖੋ ਆਪਾਂ ਪੋਲੀਟੀਕਲ ਤੌਰ ਦੇ ਉੱਤੇ ਨਾ ਅੱਜ ਡਿਬੇਟ ਕਰੀਏ, ਆਪਾਂ ਬਿਲਕੁਲ ਟੂ ਦਾ ਪੁਆਇੰਟ ਜ਼ਰੂਰ ਰਹੀਏ ਕਿ ਕਿਸਾਨ ਜਿਹੜੇ ਘਰ ਬੈਠ ਕੇ ਤੁਹਾਨੂੰ ਵੀ ਸੁਣ ਰਹੇ ਨੇ, ਮੈਨੂੰ ਸੁਣ ਰਹੇ ਨੇ, ਸੰਘੇੜਾ ਸਾਹਿਬ ਜਾਂ ਗੋਸ਼ਾ ਜੀ ਔਰ ਕਿਰਪਾਲ ਸਿੰਘ ਜੀ ਨੂੰ ਸੁਣ ਰਹੇ ਨੇ, ਉਹਨਾਂ ਤੱਕ ਗੱਲ ਪਹੁੰਚੀ। ਜਿਹੜਾ 470 ਰੁਪਏ ਵਾਲਾ ਤੁਸੀਂ ਅੰਕੜਾ ਦੱਸ ਰਹੇ ਹੋ, ਇਹ ਥੋੜ੍ਹਾ ਜਿਹਾ ਐਕਸਪਲੇਨ ਕਰ ਦਿਓ ਕਿ ਕਿਵੇਂ 470 ਰੁਪਏ ਖਰਚਾ ਆ ਰਿਹਾ ਤੇ ਤੁਸੀਂ ਵੇਚ ਰਹੇ ਹੋ 391 ਰੁਪਏ ਦੇ ਉੱਤੇ। ਦੇਖੋ ਜਿਹੜਾ ਸਾਡਾ ਠੇਕਾ ਆ ਇਸ ਵੇਲੇ 40,000 ਤੋਂ 50,000 ਰੁਪਈਆ ਪਰ ਏਕੜ ਦਾ ਠੇਕਾ ਆ, ਠੀਕ ਹੈ, ਤੇ ਤੁਸੀਂ ਸਾਡੀ ਐਵਰੇਜ ਹੈਗੀ ਆ 300 ਰੁਪਈਆ, ਤੇ 300 ਕੁਇੰਟਲ, ਤੇ 300 ਕੁਇੰਟਲ ਦਾ ਗੰਨਾ ਬਣਿਆ ਲਗਭਗ 115,000 ਜਾਂ 117,000 ਦਾ, ਜਿਹਦੇ ਵਿੱਚ ਸਾਡਾ 40,000 ਰੁਪਈਆ ਬੀਜਣ ਤੋਂ ਲੈ ਕੇ ਖਰਚਾ ਆਉਂਦਾ ਆ, ਤੇ ਅਸੀਂ ਤਾਂ ਚਾਹੁੰਦੇ ਹਾਂ ਜਿਹੜੇ ਇਹਨਾਂ ਦੇ ਐਕਸਪਰਟ ਬਿਠਾ ਲਏ ਅਸੀਂ ਪਿਛਲੇ ਸਾਲ ਵੀ, ਇਸ ਵਾਰੀ ਵੀ, ਜਦੋਂ ਅਸੀਂ ਉਹਨਾਂ ਨਾਲ ਡਿਬੇਟ ਕਰਦੇ ਹਾਂ ਖਰਚੇ ਤੇ ਇਹਨਾਂ ਦੇ ਜਿਹੜੇ ਮਾਹਰ ਨੇ ਉਹਨਾਂ ਨੂੰ ਜਵਾਬ ਨਹੀਂ ਆਉਂਦਾ, ਉਦੋਂ ਜਵਾਬ ਕਿਉਂ ਨਹੀਂ ਦਿੰਦੇ CM ਸਾਹਿਬ ਦੇ ਸਾਹਮਣੇ, ਤੇ ਉਦੋਂ ਕਿਉਂ ਨਹੀਂ ਇਹ ਦੱਸਦੇ ਵੀ ਤੁਹਾਡਾ ਖਰਚਾ ਇੰਨਾ ਆਉਂਦਾ, ਅਸੀਂ ਅੱਜ ਵੀ ਟੇਬਲ ਟਾਕ ਕਰਨੇ ਨੂੰ ਤਿਆਰ ਆ।
ਕੈਪਟਨ ਸਾਹਿਬ ਵੇਲੇ ਵੀ ਕੀਤੀ ਸੀ, ਖਰਚਾ ਦੱਸਿਆ ਸੀ ਤੇ ਮਾਨ ਸਾਹਿਬ ਨੂੰ ਵੀ ਦੋ ਮੀਟਿੰਗਾਂ ਦੇ ਵਿੱਚ ਦੱਸ ਚੁੱਕੇ ਹਾਂ, ਪਰ ਸਾਡੀ ਜਿਹੜੀ ਲਾਗਤ ਮੁੱਲ ਆ ਉਹ ਸਾਨੂੰ ਨਹੀਂ ਮਿਲ ਰਹੀ। ਠੀਕ ਆ, ਮਾਨ ਸਾਹਿਬ ਦਾ ਧੰਨਵਾਦ ਆ, ₹318 हो गए सी, 2018 to 2023 तक 391 रुपए हुए ने। तो गल यह कि 470 रुपए जी लागत वाली तुम गल कर रहे हो, तो अगले 2-3 सालों के भी 470 तक पहुँचना गन्ने का रेट कोई बहुता सौखा लग नहीं रहा। पर मैं थोड़ा जहाँ लागत को समझना चाह रहा, उस तो बाद मैं अगले पॉइंट के उत्ते वधांगा। अदायगी वाले पास भी आप गल कर रही है। किरपाल सिंह जी, तुम कुछ कहना चाह रहे हो दरअसल इस पूरे खर्चे को लैके? जिहड़ा गौरव जी जिहड़ा है ना ठेका, जिस तरह सरदार कुलदीप सिंह होणा ने दस्सिया 40 to 50 हज़ार तो पर एकड़ का ठेका आ जी, जे तुसीं 40 भी लैके चलदे आ ठीक है, 12 हज़ार का एक खेत नूं बीज पैंदा। उस तो बाद खाद जिहड़ी आ उह 8 to 10 हज़ार की खाद पैंदी पर एकड़ नूं, फिर पेस्टिसाइड 6 to 7-8 हज़ार तक पैंदा, फिर जिहड़ी लेबर बिजाई दी आ 6 हज़ार उह पैंदी आ, जी ते 18 हज़ार रुपया जे आपां 300 दे हिसाब नाल लईए, 60 रुपए क्वांटल दे हिसाब नाल लेबर लईए तां 18 हज़ार उह पैंदा। इस वेले जिहड़ा गन्ना आ ना ਇਹ ਕਿਸਾਨ ਨੂੰ ਫਾਇਦੇ ਵਾਲਾ ਨਹੀਂ ਰਹਿ ਰਿਹਾ, ਇਹ ਇਸ ਟਾਈਮ ਘਾਟਾ ਹੀ ਦੇ ਰਿਹਾ। ਠੀਕ ਹੈ, ਪਰ ਚਾਹੀਦਾ ਕੀ ਆ, ਇਹ ਹੋਵੇ ਕੀ ਹੋਣਾ, ਇਹ ਚਾਹੀਦਾ ਵੀ ਜਿਹੜਾ ਸਰਕਾਰਾਂ ਇਹਨਾਂ ਨੂੰ ਚੱਲਣਾ ਚਾਹੀਦਾ ਨਾਲ, ਖੇਤੀ ਵਿਭਿੰਨਤਾ ਨੂੰ ਜਾ ਰਹੇ, ਪਰ ਖੇਤੀ ਵਿਭਿੰਨਤਾ ਨੂੰ ਨਹੀਂ ਜਾਣਾ ਪੈਣਾ, ਇਹ ਕ੍ਰੋਪ ਬਾਇਓਡਾਇਵਰਸਿਟੀ ਨੂੰ ਜਾਣਾ ਪੈਣਾ। ਕੀ ਕਰਨਾ ਪਏਗਾ, ਇਹਨਾਂ ਨੂੰ ਇੰਟਰਕ੍ਰੋਪਿੰਗ ਸਿਸਟਮ ਜਿਹੜੇ ਆ ਉਹ ਚਾਲੂ ਕਰਨੇ ਪੈਣਗੇ। ਠੀਕ ਹੈ, ਜਿਸ ਤਰ੍ਹਾਂ गन्ना आ, गन्ने विच बहुत तरह दी जिहड़ियां फसलां इंटरक्रॉप हो सकदियां। एक सब तो वधिया चीज जिहड़ी आ इस वेले जिहड़ी वर्ल्ड विच बहुत ज्यादा डिमांड आ ते पंजाब दी धरती उहदे लई बहुत ज्यादा सूटेबल आ, उह हैगा प्याज दी काश्त। जिहड़ा प्याज आ उह सारे दा सारा, जे तुसीं पंजाब च देखोगे सारा महाराष्ट्र चों आउंदा जां होर गुजरात तों आउंदा जां कुछ राजस्थान तों आउंदा। जिहड़ा प्याज दी काश्त आ इह गन्ने विच इंटरक्रॉप हो सकदी आ, ਇਹਦੇ ਨਾਲ ਗੰਨੇ ਦਾ ਵੀ ਝਾੜ ਵਧੇਗਾ ਤੇ ਨਾਲ ਦੀ ਨਾਲ ਜਿਹੜਾ ਕਿਸਾਨ ਨੂੰ ਉਹ ਜਿਹੜਾ ਪਿਆਜ ਆਏਗਾ ਜੀ ਉਹ ਵੀ ਮੰਡੀਆਂ ਵਿੱਚ ਵੀ ਜਾ ਸਕਦਾ। ਛੋਟੀ ਛੋਟੀ ਮੰਡੀ ਵੀ ਲਈਏ ਤੱਕ ਜਿਹੜੇ ਕਿਸਾਨਾਂ ਤੱਕ ਇਹ ਗੱਲ ਪਹੁੰਚ ਨਹੀਂ ਪਾਉਂਦੀ, ਜਿੱਥੇ ਤੱਕ ਮੈਨੂੰ ਨੌਲੇਜ ਹੈ ਬਹੁਤ ਸਾਰੇ ਕਿਸਾਨ ਇਸ ਤਰੀਕੇ ਦੇ ਨਾਲ ਗੰਨੇ ਦੇ ਨਾਲ ਨਾਲ ਕੋਈ ਹੋਰ ਫਸਲ ਵੀ ਬੀਜਦੇ ਨੇ ਉਸਦਾ ਲਾਹਾ ਲੈਂਦੇ ਨੇ, ਪਰ ਇਹ ਤਾਂ ਪਹੁੰਚਦੀ ਹੋਏਗੀ ਨਾ ਗੱਲ ਉਹਨਾਂ ਤੱਕ? ਨਹੀਂ ਨਹੀਂ ਨਹੀਂ, ਮੈਂ ਗੱਲ ਇਸ ਕਰਕੇ ਪਿਆਜ ਦੀ ਕੀਤੀ ਆ ਕਿਉਂਕਿ ਪਿਆਜ ਜਿਹੜਾ ਬਹੁਤ ਵੱਡੀ ਪੱਧਰ ਤੇ ਤੁਸੀਂ ਬੀਜ ਕੇ ਉਹਨੂੰ ਕਰ ਸਕਦੇ ਆ, ਜਿਹੜੀ ਵਰਲਡ ਵਿੱਚ ਸਭ ਤੋਂ ਵੱਡੀ ਡਿਮਾਂਡ ਆ ਪਿਆਜ ਨੂੰ ਜਿਹੜਾ ਡਰਾਈ ਪਿਆਜ ਕਰਨਾ। ਠੀਕ ਹੈ, ਉਹਦੀਆਂ ਮਾਨ ਸਾਹਿਬ ਸਰਕਾਰ ਨੂੰ ਇਹ ਚਾਹੀਦਾ ਵੀ ਇਸ ਪਾਸੇ ਨੂੰ ਚੱਲਣ ਤੇ ਜਿੱਦਾਂ ਪੰਜਾਬ ਵਿੱਚ ਲਾਣ ਡਰਾਈ ਕਰਨ ਲਈ ਓਨੀਅਨ ਨੂੰ ਫੈਕਟਰੀਆਂ ਲੱਗਣ ਕੁਛ, ਉਹਦੇ ਨਾਲ ਜਿਹੜਾ ਹੈ ਕਿਸਾਨ ਦੀ ਜਿਹੜੀ ਹਾਲਤ ਕੋਈ ਸੁਧਰੇਗੀ, ਇਦਾਂ ਦੀਆਂ ਚੀਜ਼ਾਂ ਵੱਲ ਨੂੰ ਚੱਲਣਗੇ ਤਾਂ। ਠੀਕ ਹੈ, ਨਹੀਂ ਤਾਂ ਤੁਹਾਡਾ ਪੁਆਇੰਟ ਵੈਲਿਡ ਹੈ, ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਪਿਆਜ ਆ ਜਾਂ ਪਿਆਜ ਨੂੰ ਜਿਹੜੇ ਕਾਸਟ ਕਰ ਰਹੇ ਨੇ ਉਹ ਹਰੇ ਪਿਆਜ ਦੇ ਉੱਤੇ ਜ਼ਿਆਦਾ ਫੋਕਸ ਹੁੰਦਾ। ਠੀਕ ਹੈ, ਇੱਕ ਬਹੁਤ ਪੈਰਲਰ ਚੀਜ਼ ਹੈ ਜਿਹੜੀ ਸੋਚਣੀ ਚਾਹੀਦੀ ਹੈ ਕਿਸਾਨਾਂ ਨੂੰ, ਇਨਫੈਕਟ ਸਰਕਾਰ ਨੂੰ। ਸੰਘੇੜਾ ਸਾਹਿਬ, ਇੱਕ ਛੋਟਾ ਜਿਹਾ ਰਿਐਕਸ਼ਨ ਕੁਲਦੀਪ ਜੀ ਔਰ ਕਿਰਪਾਲ ਜੀ ਨੇ ਜੋ ਜ਼ਿਕਰ ਕੀਤਾ, ਇਨਫੈਕਟ ਮੈਂ ਗੁਰਦੀਪ ਜੀ ਦੇ ਇੱਕ ਸਟੇਟਮੈਂਟ 'ਤੇ ਵੀ ਤੁਹਾਡੇ ਤੋਂ ਰਿਐਕਸ਼ਨ ਲੈਣਾ ਚਾਹਾਂਗਾ। ਗੁਰਦੀਪ ਜੀ ਦਾ ਲੌਜਿਕ ਇਹ ਹੈ ਕਿ ਹਰਿਆਣਾ ਦੇ ਵੱਲੋਂ ਇੱਕ ਕਮੇਟੀ ਬਣਾ ਦਿੱਤੀ ਗਈ ਅਤੇ ਸੈਂਟਰ ਦੇ ਨਾਲ ਲਗਾਤਾਰ ਉਹ ਰਾਬਤਾ ਕਾਇਮ ਕਰਦੀ ਹੈ ਕਿ ਸਾਨੂੰ ਕਿਸਾਨਾਂ ਦੇ ਲਈ ਚਾਹੀਦਾ ਕੀ ਹੈ, ਪਰ ਪੰਜਾਬ ਵਾਲੇ ਇਸ ਤਰੀਕੇ ਦਾ ਕੋਈ ਪਹਿਲ ਨਹੀਂ ਕਰਦੇ। ਪੰਜਾਬ ਵਾਲੇ ਕਹਿੰਦੇ ਨੇ ਕਿ ਅਸੀਂ ਆਪਣੇ ਦਮ ਤੇ ਸਾਰਾ ਕੁਝ ਕਰਾਂਗੇ, ਸਾਡੇ ਕੋਲ ਵਾਰ ਵਾਰ ਨਹੀਂ ਜਾ ਹੁੰਦਾ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਨਾ ਇਹਨਾਂ ਨੇ ਕਮੇਟੀ ਬਣਾਈ ਹੈ ਜਿਹੜੀ ਮੌਕੇ ਮੌਕੇ ਤੇ ਕੇਂਦਰ ਨਾਲ ਗੱਲ ਕਰਦੀ ਰਹਿੰਦੀ ਹੈ, ਨਾ ਕੋਈ ਹੋਰ ਗੱਲ ਹੈ। ਬੀਜੇਪੀ ਦੀ ਸਰਕਾਰ ਉੱਥੇ ਹੈ, ਬੀਜੇਪੀ ਦੀ ਸਰਕਾਰ ਕੇਂਦਰ 'ਚ ਹੈ, ਇਸ ਕਰਕੇ ਉਹ ਪਿੱਠ ਥਾਪੜ ਰਹੇ ਨੇ ਹਰਿਆਣਾ ਦੀ, ਹੋਰ ਕੋਈ ਗੱਲ ਨਹੀਂ ਹੈਗੀ। ਔਰ ਕੋਈ ਇੱਦਾਂ ਦੀ ਗੱਲ ਨਹੀਂ ਹੈ, ਰੈਗੂਲਰਲੀ ਸਾਡਾ RDF ਤਾਂ ਇਹ ਦੇ ਨਹੀਂ ਰਹੇ, ਅਸੀਂ ਰੋਜ਼ ਚੈਨਲ 'ਤੇ ਵੀ ਰੌਲਾ ਪਾਉਂਦੇ ਹਾਂ, ਚਿੱਠੀਆਂ ਵੀ ਲਿਖ ਚੁੱਕੇ ਹਾਂ, ਗਵਰਨਰ ਸਾਹਿਬ ਨੂੰ ਵੀ ਬੇਨਤੀ ਕਰ ਚੁੱਕੇ ਹਾਂ, ਔਰ ਸਾਡਾ ਹੱਕ ਬਣਦਾ ਹੈ ਪੰਜਾਬ ਦਾ। ਇਹ ਤਾਂ ਉਸ ਗੱਲ 'ਚੋਂ ਕਹੀਦਾ ਜਦੋਂ ਸਾਡੇ ਪੈਸੇ ਰੋਕ ਕੇ ਬੈਠ ਜਾਂਦੇ ਆ ਇਹ, ਨਹੀਂ ਤਾਂ ਜਿਹੜਾ ਕੋਈ ਭੀਖ ਥੋੜ੍ਹੀ ਲੈ ਰਿਹਾ ਪੰਜਾਬ। ਜਿਹੜਾ GST ਕਰਕੇ ਇਹਨਾਂ ਨੇ ਸਾਰਾ ਸੈਂਟਰਲਾਈਜ਼ ਕਰਤਾ, ਸਾਰਾ ਕੁਛ ਹੀ ਕੇਂਦਰ ਕੋਲ ਚਲ ਜਾਂਦਾ। ਪਹਿਲਾਂ ਅਸੀਂ ਇਕੱਠਾ ਕਰਕੇ ਕੇਂਦਰ ਨੂੰ ਦਿੰਦੇ ਹਾਂ, ਫਿਰ ਉਹਨਾਂ ਕੋਲੋਂ ਮੰਗਦੇ ਹਾਂ ਜੀ ਸਾਡਾ ਹਿੱਸਾ ਸਾਨੂੰ ਦੇ ਦਿਓ, ਅਤੇ ਉਹਦੇ ਵਿੱਚ ਇਹ ਹੁਣ ਨਵਾਂ ਟ੍ਰੈਂਡ ਸ਼ੁਰੂ ਕਰ ਲਿਆ ਇਹਨਾਂ ਨੇ ਵੀ ਇਹ ਮੰਗਦੇ ਨਹੀਂ ਜੀ ਸਾਡੇ ਕੋਲੋਂ, ਇਹਨਾਂ ਨੂੰ ਸਾਡੇ ਨਾਲ ਬਣਾ ਕੇ ਰੱਖਣੀ ਚਾਹੀਦੀ ਆ, ਇਹਨਾਂ ਨੂੰ ਗਵਰਨਰ ਦੇ ਘਰ ਜਾਣਾ ਚਾਹੀਦਾ, ਗਵਰਨਰ ਦੇ ਬਾਹਰ ਜਾ ਕੇ ਬੈਠਣਾ ਚਾਹੀਦਾ। ਮਤਲਬ ਇਹ ਕੋਈ ਦਲੀਲਾਂ ਨਹੀਂ ਹੈਗੀਆਂ। ਚਲੋ ਮੈਂ ਸਿਆਸੀ ਤੌਰ ਤੇ ਨਹੀਂ ਜਾਣਾ ਚਾਹੁੰਦਾ, ਇਹ ਤੇ ਸਿਆਸਤ ਹੋਣ ਲੱਗ ਗਈ ਹੈ। ਮੈਂ ਵਾਪਸ ਗੰਨੇ ਤੇ ਆਉਣਾ, ਕਿਸਾਨਾਂ ਦਾ ਤਰਕ ਹੈ। ਦੇਖੋ ਬਹੁਤ ਸਾਰੇ ਅੰਕੜੇ ਉਹਨਾਂ ਨੇ ਗਿਣਵਾ ਦਿੱਤੇ ਜੋ ਕਿਰਪਾਲ ਜੀ ਨੇ ਗਣਾਏ ਸੀ, ਮੈਂ ਨਾਲ ਨੋਟ ਕਰਦਾ ਰਿਹਾ। ਤਾਂ ਉਹੀ ਹੈ ਨਾ, ਮੈਂ ਜਿਹੜੀ ਗੱਲ ਹੈ ਕਿ ਜੇ 300 ਕੁਇੰਟਲ ਦੇ ਹਿਸਾਬ ਨਾਲ 391 ਰੁਪਏ ਦੇ ਹਿਸਾਬ ਨਾਲ ਆਪਾਂ ਪੈਸੇ ਲਗਾਈਏ ਗੰਨੇ ਦੇ ਇੱਕ ਇੱਕ
एकड़ दे विच तां करीब करीब 1,17,000-18,000 रुपए बनता है जो गन्ने दा रेट मिलिया किसान नूं। पर जो उन्होंने खर्चा गिनवा दिता 97,000-98,000 रुपए है खर्चा। तुसीं शुगर इंडस्ट्री का भी देखो ना कि पंजाब दे विच शुगर फैड भी घाटे च जा रही है, होर इंडस्ट्रीज भी बंद भी हुई है। मैं दस्सिया सारा इंटर रिलेटेड हैगा आ, ठीक है। सो उहदे हिसाब नाल माहरां दी राय नाल ते अपनी पोलिटिकल विल भी पे किसानां नूं फायदा देना आ, ठीक है। सीएम साहब ने फैसला लेना हुंदा है। स्टेट एग्रीड प्राइस है एसएपी, दूसरी मिनिमम सपोर्ट प्राइस हुंदी है एसएपी। मैं हुण भी कहना है कि इंडिया भर विच सब तो वध है, सानूं इह नहीं गल भुलनी चाहीदी। बाकी असीं खेती नूं किद्दां प्रोफिटेबल बनाउणा आ, जिद्दां खेती मार हुणी दस रहे सीगे इंटरक्रॉपिंग एक बहुत वधिया तरीका हैगा, होर भी वधिया तरीके हैगे आ। ते जिहड़ा ठेका भी है इह दुआबे च जिहड़ा ज्यादा आ। चलो मैं गुरदीप जी तों रिएक्शन लेणा, पहले मैं एक वार गुरदीप जी तों रिएक्शन लेणा, उस तों बाद मैं सवाल लैके आणा। गुरदीप जी, एक कमेटियां दा तुसीं जिक्र कर रहे हो, देखो गल इह है कि जिहड़े स्टेट नूं पैसे जांदे ने, हर वारी जरूरी नहीं हुंदा कि जाके कुंडा खड़काइए कि साढ़े पैसे दो जी, वो कई बार अपने आप भी आ जाते हैं या मोस्ट ऑफ द टाइम अपने आप आ जाते हैं या सेंटर नूं देने हुंदे ने या देने चाहिए ने। हुण गल यह है कि चाहे वह क्रॉप की गल हो किसी या फिर कोई होर इशू का जिक्र हो, बार बार पंजाब सरकार कहती है कि तुसीं पैसे नहीं दिंदे, यानी सेंटर की सरकार पैसे नहीं दिंदी। नहीं इदां नहीं है गौरव जी, जे हड़ आए सी ते उहदा पहली किश्त भी भेजी ते उस तो बाद मुआवजा जिन्ना मंगिया उन्ना दित्ता, असीं तां कहा ही नहीं गल कीती नहीं जो कि पहला जिहड़ा फंड भेजिया सी इहनां ने मंगिया सी, केंद्र सरकार ने आटोनोवस है भेजिया। हुण दूजी गल इह शब्दां दा फिर जाल बुणदे आ। मैं इहनां नूं पुछना चाहुंदा कोटली पिंड दे विच लोकां ने झोना लाने की सोच अकली भी लाणा नहीं कि पंजाब सरकार साडे नाल धक्का कर रही है, उहदे ते जवाब हैगा। कोठा गुरु दे विच जिहड़ा पराली दे जिहड़े उहदे वीडियो बनाई उह बेचारा आत्महत्या कर गया, उहदा जवाब हैगा। हुण इह हमेशा पंजाब पंजाब सरकार नूं केंद्र चेते क्यों आंदा है, फिर बार बार इह क्यों कहिंदे सानूं चाहीदा कुछ नहीं। हुण मैं गल बड़ी स्पष्ट कर लगा, कहिंदे केंद्र ने कीता की, मैं केंद्र दी गल दसण लगा। केंद्र ने कीता की दुनिया दा सब तो सस्ता यूरिया इत्थे भारत च मिलदा, जदकि कोविड भी आ गया उस तो बाद तुसीं देखो भी युद्ध भी चल रहा, उहदे बावजूद 1,03,000 करोड़ की सबसिडी दित्ती है, 1,00,000 करोड़ की, 1,03,000 करोड़ की, ठीक है। हुण दूजी गल मैं दस दिना, इको ही भारत देश है जिच 2,62,000 करोड़ सीधा खातियां च गया 6,000 रुपया हर साल। हरियाणे की गल मैं दस दिना, 1,000 रुपया पराली का पर खेत किसानों मिलता संभालण का, यह क्यों नहीं अपील करते, यह तो मशीन नहीं वंड रहे, कहते साडा फंड रोकते हैं। तुसीं दसो गौरव जी, जे तुसीं हिसाब भेजोगे पिछला हिसाब भेजोगे तो ही अगे मिलेगा ना, ते क्यों नहीं हिसाब दिंदे, हिसाब देने आना का नहीं क्यों, ये मतलब डरते हैं कोई घपला किया, जे घपला नहीं किया डर नहीं अमरिंदर सिंह होना दे वेले दा आया सारा पैसा है, कैप्टन अमरिंदर सिंह होना दे वेले डिसीजन होया होगा, इसना अमेंडमेंट भी करती है ਤੁਹਾਡੀ ਗੱਲ ਦੇ ਵਿੱਚ, ਗੋਸ਼ਾ ਜੀ ਅਮੈਂਡਮੈਂਟ ਵੀ ਕਰਤੀ ਹੈ, ਇੱਕ ਇੱਕ ਕਰਕੇ ਰੱਖ, ਇੱਕ ਇੱਕ ਕਰਕੇ ਪਲੀਜ਼ ਗੱਲ ਇੱਕ ਕਰਕੇ ਰੱਖ, ਚਲੋ ਕੋਈ ਗੱਲ ਨਹੀਂ, ਇੱਕ ਕਰਕੇ ਗੱਲ ਰੱਖ ਲਓ, ਗੁਰਦੀਪ ਜੀ ਕੰਪਲੀਟ ਕਰ ਲਓ ਤੁਸੀਂ ਗੱਲ, ਮੇਰੀ ਰਿਕੁਐਸਟ ਹੈ ਸੀ ਗੋਸ਼ਾ ਜੀ, ਹਾਂ ਚਲੋ ਮੈਂ ਵਿੱਚ ਕਹਿ ਦਿੱਤਾ ਸੀ, ਕੋਈ ਗੱਲ ਨਹੀਂ ਕਰ ਲਓ ਗੱਲ ਕੰਪਲੀਟ ਕਰ ਲਓ, ਆਪਣਾ ਸਮਾਂ ਨਾ ਖਰਾਬ, ਸੁਣੋ ਸੰਗੇੜਾ ਜੀ, ਸੁਣੋ ਹਿੰਮਤ ਥੋੜਾ ਮਾਤਾ ਰੱਖੋ, ਕੋਈ ਗੱਲ ਨਹੀਂ ਸਤਿਕਾਰਯੋਗ, 350 ਕਰੋੜ ਰੁਪਇਆ ਪਰਾਲੀ ਦਾ ਹਰ ਸਾਲ ਮਿਲਦਾ, 700 ਕਰੋੜ ਤੁਹਾਨੂੰ 2 ਸਾਲ ਦੇ ਵਿੱਚ ਆਇਆ, ਕੀ ਵੰਡਤਾ ਆਪਾਂ? ਤੁਸੀਂ ਕਹਿੰਦੇ ਸੀ ਮਰੀ ਮੁਰਗੀ ਦਾ ਮਰੀ ਬੱਕਰੀ ਦਾ ਦਿਓਗੇ, ਕੱਦੂ ਕਰਨ ਦਾ ਵੀ ਦਿਆਂਗੇ, ਦੇ ਦਿੱਤਾ ਲੋਕਾਂ ਦਾ ਮਜ਼ਾਕ ਨਾ ਕਰੋ, ਕਿਸਾਨ ਦੇਖੋ ਸਮਾਂ ਪਿੱਛੇ ਘਟਾ ਤੁਹਾਡੇ, ਤੁਸੀਂ ਅਗਵਾਈ ਕਰਨੀ ਕਿਸਾਨਾਂ ਦੀ, ਜੇ ਤੁਹਾਨੂੰ ਕੇਂਦਰ ਚੋਂ ਕੁਝ ਚਾਹੀਦਾ ਤੁਸੀਂ ਜਾਓ, ਪਰਾਲੀ ਦੇ ਉੱਤੇ ਆਲਰੇਡੀ ਆਪਾਂ ਕਈ ਵਾਰ ਕਈ ਦਿਨ ਲਗਾਤਾਰ ਬਹਿਸ ਕਰ ਰਹੇ, ਹੁਣ ਮੀਂਹ ਪੈ ਗਿਆ ਪਰਾਲੀ ਵਾਲਾ ਮਸਲਾ, ਮੈਨੂੰ ਲੱਗਦਾ ਹੈ ਫਿਰ ਅਗਲੀ ਵਾਰੀ ਅਗਲੇ ਸਾਲ ਹੀ ਚਰਚਾ ਦਾ ਵਿਸ਼ਾ ਹੋਏਗਾ। ਸੰਗੇੜਾ ਸਾਹਿਬ ਇੱਕ ਛੋਟਾ ਜਿਹਾ ਰਿਐਕਸ਼ਨ ਤੁਸੀਂ ਦੇ ਦਿਓ, ਮੈਂ ਉਸ ਤੋਂ ਬਾਅਦ ਕੁਲਦੀਪ ਜੀ ਔਰ ਕਿਰਪਾਲ ਜੀ ਦਾ ਰੁਖ ਕਰਨਾ। ਨਹੀਂ ਗੋਸ਼ਾ ਜੀ, ਮੈਂ ਇਸ ਕਰਕੇ ਬੋਲਿਆ ਸੀ, ਗੌਰਵ ਜੀ ਨੇ ਮੈਨੂੰ ਜਵਾਬ ਸਵਾਲ ਪੁੱਛਿਆ ਸੀਗਾ, ਤੁਹਾਨੂੰ ਨਹੀਂ ਪਤਾ ਲੱਗਿਆ ਹੋਣਾ, ਪਰ ਮੈਂ ਗੌਰਵ ਜੀ ਇਹ ਗੱਲ ਕਹਿ ਰਿਹਾ ਹਾਂ ਕਿ ਜਿਹੜਾ ਇਹ ਕਹਿ ਰਿਹਾ ਹਿਸਾਬ ਨਹੀਂ, ਇਹ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਵੇਲੇ ਦੇ ਪੈਸੇ ਸੀਗੇ, ਜਿੱਦਾਂ ਕੇਂਦਰ ਨੇ ਕਿਹਾ ਅਸੀਂ ਤਾਂ ਰੂਰਲ ਡਿਵੈਲਪਮੈਂਟ ਐਕਟ ਦੇ ਵਿੱਚ ਅਮੈਂਡਮੈਂਟ ਵੀ ਕਰਤੀ ਔਰ ਸਾਰੇ ਹਰ ਇੱਕ ਤਰ੍ਹਾਂ ਦਾ ਹਿਸਾਬ ਕਿਤਾਬ ਦੇ ਦਿੱਤਾ ਆ, ਨਾਲੇ ਇਹ ਇਸ ਤਰ੍ਹਾਂ ਪੈਸਾ ਰੋਕਣਾ ਇਲੀਗਲ ਹੈ, ਜਿਹੜਾ ਆਰਡੀਐਫ ਹੈ ਕੋਈ ਗ੍ਰਾਂਟ ਨਹੀਂ ਹੈ, ਅੱਗੇ ਵਧੀਏ ਆਪਾਂ, ਆਰਡੀਐਫ ਕੋਈ ਗ੍ਰਾਂਟ ਨਹੀਂ ਹੈਗੀ, ਇਹ ਪੰਜਾਬ ਤੋਂ ਇਹ ਪੀਡੀਐਫ ਵਾਸਤੇ ਐਮਐਸਪੀ ਦੇ ਚੀਜ਼ਾਂ ਖਰੀਦਦੇ ਆ ਔਰ ਜਿਹੜਾ ਸਾਰੇ ਇੰਡੀਆ 'ਚ ਵੰਡੀਆਂ ਜਾਂਦੀਆਂ ਬਿਲੋ ਪਾਵਰਟੀ ਲਾਈਨ ਲੋਕਾਂ ਨੂੰ, ਉਹਦੇ ਪੈਸਿਆਂ ਦਾ ਕਿ ਹਿੱਸਾ ਆ ਕੀਮਤ ਦਾ, ਠੀਕ ਹੈ, ਇਹ ਉਹਨੂੰ ਆਪਣਾ ਇੱਦਾਂ ਸ਼ੋਅ ਕਰਦੇ ਜਿੱਦਾਂ ਗ੍ਰਾਂਟ ਦੇ ਰਹੇ ਆ, ਨਾਲੇ ਜਿਹੜੀ ਇਹ ਵੀ ਕਹਿ ਰਿਹਾ ਵੀ ਮੰਗਦੇ ਨਹੀਂ ਫਲਾਣਾ ਨਹੀਂ, ਇੱਕ ਸਿਸਟਮ ਹੁੰਦਾ ਸਰਕਾਰ ਦਾ ਗੌਰਵ ਜੀ, ਆਈਏਐਸ ਆਫਿਸਰ ਨੇ ਮਾਹਰ ਨੇ ਹਰ ਇੱਕ ਡਿਪਾਰਟਮੈਂਟ 'ਚ ਹਰ ਇੱਕ ਤਰ੍ਹਾਂ ਦਾ ਬਕਾਇਦਾ ਚਿੱਠੀਆਂ ਜਾਂਦੀਆਂ ਸਾਰੀਆਂ, ਸਾਰੀ ਪ੍ਰੋਸੈਸਿੰਗ ਦਿੱਲੀ ਦੇ ਵਿੱਚ ਵੀ ਇਸੇ ਲੈਵਲ 'ਤੇ ਹੁੰਦੀ ਹੈ, ਮੈਂ ਖੁਦ ਜਾ ਕੇ ਚੀਜ਼ਾਂ ਇਹ ਕਰਵਾਉਂਦਾ ਰਿਹਾ ਜਦੋਂ ਦੋਸ਼ ਲਾਉਣ ਲਈ ਨਾ ਵਾਲੇ ਇਸ਼ੂ ਦੇ ਉੱਤੇ ਆਈਏ ਕਿ ਬਿਨਾਂ ਧਰਨੇ ਪ੍ਰਦਰਸ਼ਨਾਂ ਤੋਂ ਇਹ ਗੱਲ ਨਹੀਂ ਬਣ ਸਕਦੀ ਸੀ।
ਹੁਣ ਕਿਸਾਨਾਂ ਦਾ ਤਰਕ ਹੈ ਕਿ 11 ਰੁਪਏ ਅਨਾਊਂਸ ਕਰਨਾ ਸੀ ਤਾਂ ਫਿਰ ਸਾਨੂੰ ਧਰਨੇ ਪ੍ਰਦਰਸ਼ਨ ਕਿਉਂ ਕਰਨੇ ਪਏ? ਕਿਸੇ ਨੇ ਨਹੀਂ ਕਿਹਾ ਧਰਨੇ ਪ੍ਰਦਰਸ਼ਨ ਕਰੋ ਤਾਂ ਹੋਏਗਾ। ਸੀਐਮ ਸਾਹਿਬ ਨੇ ਪਹਿਲਾਂ ਹੀ ਐਲਾਨ ਕਰਤਾ ਸੀਗਾ ਕਿ ਇੰਡੀਆ ਦੇ ਵਿੱਚ ਸਭ ਤੋਂ ਵੱਧ ਪ੍ਰਾਈਸ ਪੰਜਾਬ ਦੇ ਵਿੱਚ ਹੀ ਹੋਏਗੀ। ਮੁੱਖ ਮੰਤਰੀ ਸਾਹਿਬ ਨੇ, ਭਗਵੰਤ ਮਾਨ ਸਾਹਿਬ ਨੇ ਕਲੀਅਰ ਕੱਟ ਕਿਹਾ ਸੀ ਮੀਟਿੰਗ 'ਚ, ਪਹਿਲਾਂ ਵੀ ਕਿਹਾ ਸੀ ਉਸ ਸਮੇਂ, ਪਹਿਲਾਂ ਵੀ ਕਿਹਾ ਸੀ। ਨਾਲੇ ਮੈਂ ਤੁਹਾਨੂੰ ਇਹ ਦੱਸ ਦਿੰਦਾ, ਧਰਨੇ ਪ੍ਰਦਰਸ਼ਨ ਹੁਣ ਹੋਣ ਲੱਗੇ ਆ ਪ੍ਰਾਈਸਿਸ ਤੇ, ਪਹਿਲਾਂ ਬਕਾਇਆ ਤੇ ਹੁੰਦਾ ਸੀ, ਮੈਂ ਪਹਿਲਾਂ ਹੀ ਦੱਸ ਚੁੱਕਾ ਆ। ਇਹ ਭਗਵੰਤ ਮਾਨ ਸਾਹਿਬ ਦੀ ਦੇਣ ਹੈ ਕਿ ਹੁਣ ਬਕਾਇਆ ਹੈ ਹੀ ਕੋਈ ਨਹੀਂ ਹੈ। ਹਰ ਇੱਕ ਚੀਜ਼ ਦੇ, ਈਵਨ ਨਰਮੇ ਦੇ ਪੁਰਾਣੀਆਂ ਸਰਕਾਰਾਂ ਦੇ ਬਕਾਏ ਦਿੱਤੇ ਆ, ਈਵਨ ਬਿਜਲੀ ਦੇ ਘਰ ਦੇ ਬਿੱਲਾਂ ਦੇ ਜਿਹੜੇ ਪੁਰਾਣੇ ਸੀ ਉਹ ਬਕਾਏ ਜਿਹੜੇ ਸੀਗੇ ਵਾਧੂ ਲੋਕਾਂ ਦੇ ਸੀ ਉਹ ਦਿੱਤੇ ਆ। ਈਵਨ ਘਰਾਂ ਦੀ ਬਿਜਲੀ ਫ੍ਰੀ ਕਰਤੀ ਆ, ਬੱਚਿਆਂ ਨੂੰ ਰੁਜ਼ਗਾਰ ਮਿਲਣ ਲੱਗ ਗਿਆ। ਚਲੋ ਈਵਨ ਤੀਰਥ ਯਾਤਰਾ, ਹੁਣ ਤੀਰਥ ਯਾਤਰਾ 29 ਫਰਵਰੀ ਤੱਕ ਲੋਕਾਂ ਨੂੰ ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹ ਫ੍ਰੀ, ਇਹਦਾ ਲਾਭ ਉਠਾ ਸਕਦੇ ਆ। ਹਰ ਪਾਸੇ ਭਗਵੰਤ ਮਾਨ ਸਾਹਿਬ ਕੰਮ ਕਰ ਰਹੇ ਆ। ਮੈਂ ਗੁਰਦੀਪ ਜੀ ਆਵਾਂਗਾ ਤੁਹਾਡੇ ਕੋਲ, ਫਾਈਨਲ ਰਿਐਕਸ਼ਨ ਲਵਾਂਗਾ, ਸਮਾਂ ਪਿੱਛੇ ਘੱਟ ਹੈ ਥੋੜਾ ਜਿਹਾ। ਕੁਲਦੀਪ ਜੀ, ਪੁਆਇੰਟ ਇਹ ਹੈ ਕਿ ਲੋਕਾਂ ਨੂੰ ਖੱਜਲ ਖੁਆਰ ਕਿਉਂ ਹੋਣਾ ਪਿਆ? ਕੁਲਦੀਪ ਜੀ, ਲੋਕਾਂ ਨੂੰ ਖੱਜਲ ਖੁਆਰ ਕਿਉਂ ਹੋਣਾ ਪਿਆ? ਜਿਹੜਾ ਇਹਨਾਂ ਨੇ ਕਿਹਾ ਵੀ ਸਾਡੀ ਸਰਕਾਰ ਨੇ ਪਿਛਲਾ ਸਾਰਾ ਬਕਾਇਆ ਕਲੀਅਰ ਕਰਤਾ, ਅੱਜ ਵੀ 40 ਕਰੋੜ ਰੁਪਈਆ ਫਗਵਾੜਾ ਸ਼ੂਗਰ ਮਿੱਲ ਦਾ ਖੜਾ ਕਿਸਾਨਾਂ ਦਾ 3 ਸਾਲਾਂ ਦਾ। ਅਸੀਂ ਲਬਾਰ ਬਾਰ ਉੱਥੇ ਧਰਨੇ ਲਏ, ਅਸੀਂ 3 ਮਹੀਨਿਆਂ ਤੋਂ ਡਿਮਾਂਡ ਕਰ ਰਹੇ ਹਾਂ ਗੰਨੇ ਦੇ ਰੇਟ ਦੀ, ਜਿਹੜੇ ਸੰਘੇੜਾ ਸਾਹਿਬ ਬੜੇ ਸਾਡੇ ਸਤਿਕਾਰਯੋਗ ਨੇ, ਅਸੀਂ ਇਹਨਾਂ ਦੀ ਜਾਣਕਾਰੀ ਲਈ ਦੱਸ ਦਈਏ, ਅਸੀਂ 3 ਮਹੀਨਿਆਂ ਤੋਂ ਇਹਨਾਂ ਦੇ MLAਆਂ ਨੂੰ, MPਆਂ ਨੂੰ, DCਆਂ ਨੂੰ, ਇੱਥੋਂ ਤੱਕ ਕਿ ਮੁੱਖ ਮੰਤਰੀ CM ਦਫ਼ਤਰ ਨੂੰ ਲੈਟਰ ਕੱਢ ਚੁੱਕੇ, ਮੈਮੋਰੈਂਡਮ ਭੇਜੇ ਆ, ਪਰ ਸਾਡੀ ਗੱਲ ਤੇ ਕੋਈ ਬੂਰ ਨਹੀਂ ਪਿਆ। ਜਦੋਂ ਲੋਕ ਅੱਕ ਕੇ ਸੜਕਾਂ ਤੇ ਬੈਠੇ ਤਾਂ ਹੀ, ਗੌਰਵ ਜੀ ਮੈਂ ਦੱਸਣਾ ਚਾਹੁੰਦਾ, ਕਿਸਾਨ ਇੰਨਾ ਵਿਹਲਾ ਨਹੀਂ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ 15 ਦਿਨ ਇਸ ਵਾਰ ਕਿਸਾਨ ਲੇਟ ਹੋ ਗਿਆ ਮਿੱਲਾਂ ਚੱਕਣ ਚੱਲਣ ਵਿੱਚ। ਨਿਕਲਦੀਪ ਜੀ, ਮੇਰਾ ਸਵਾਲ ਹੈ, ਦੇਖੋ ਵਾਰ ਵਾਰ ਰਿਪੀਟ ਹੋ ਰਹੀਆਂ ਗੱਲਾਂ, ਤੁਹਾਡਾ ਪੁਆਇੰਟ ਆ ਗਿਆ, ਠੀਕ ਹੈ, ਤੁਸੀਂ ਕਹਿ ਰਹੇ ਹੋ 3 ਮਹੀਨੇ, ਮੈਂ ਇਹ ਜਾਣਨਾ ਚਾਹ ਰਿਹਾ ਕਿ ਗੰਨੇ ਦੇ ਰੇਟ ਦਾ ਐਲਾਨ ਕਦੋਂ ਹੁੰਦਾ ਹੈ? ਹਰ ਸਾਲ ਸਤੰਬਰ ਚ ਕਰ ਦਿੱਤਾ ਜਾਂਦਾ ਹੈ ਜਾਂ ਨਵੰਬਰ ਚ ਹੁੰਦਾ? ਜਦੋਂ ਗੰਨੇ ਦੀ ਬਜਾਂਦ ਹੁੰਦੀ ਆ ਫਰਵਰੀ ਮਹੀਨੇ, ਸਰਕਾਰਾਂ ਨੂੰ ਉਸ ਵੇਲੇ 1 ਸਾਲ ਪਹਿਲਾਂ ਰੇਟ ਐਲਾਨ ਕਰਨਾ ਚਾਹੀਦਾ, ਜਿੱਦਾਂ ਕਣਕਾਂ ਔਰ ਝੋਨੇ ਦੀ ਕੇਂਦਰ ਸਰਕਾਰ ਕਰਦੀ ਆ। ਜੇ ਹੁਣ ਇਸ ਵਾਰ ਕਣਕ ਵਿਕਣੀ ਆ 6 ਮਹੀਨੇ ਬਾਅਦ, ਉਹਦਾ ਐਲਾਨ ਹੋ ਚੁੱਕਿਆ। ਜਦੋਂ ਝੋਨਾ ਲੱਗਦਾ ਉਦੋਂ ਐਲਾਨ ਹੁੰਦਾ, ਜਦੋਂ ਫਸਲ ਬੀਜੀ ਜਾਂਦੀ ਹੈ ਕਿਸਾਨ ਸੋਚ ਸਮਝ ਕੇ ਬੀਜੂਗਾ। ਦੇਖੋ SAP ਹੈ ਨਾ, MSP ਹੈ, ਦੋਵਾਂ ਦਾ ਫਰਕ ਤਾਂ ਹੈ ਨੀ। ਮੇਰਾ ਪੁਆਇੰਟ ਇਹ ਕਿ ਜੇ ਮੈਂ ਗਲਤ ਨਹੀਂ ਤਾਂ ਕੁਝ ਦਿਨ ਪਹਿਲਾਂ ਹੀ ਹਰਿਆਣਾ ਦੇ ਵੱਲੋਂ ਰੇਟ ਦਾ ਅਨਾਊਂਸ ਕੀਤਾ ਗਿਆ ਜੋ 14 ਰੁਪਏ ਵਧਾਏ ਸੀ, ਤਾਂ ਰੇਟ ਤਾਂ ਅਨਾਊਂਸ ਜਾ ਕੇ ਨਵੰਬਰ ਦੇ ਆਸ ਪਾਸ ਹੀ ਹੁੰਦੇ ਨੇ ਨਾ। ਚਲੋ ਇਹ ਸਿਸਟਮ ਆ ਸਰਕਾਰਾਂ ਦਾ, ਅਸੀਂ ਮੰਨ ਲੈਂਦੇ ਹਾਂ, ਠੀਕ ਹੈ, ਪਰ ਕਿਤੇ ਨਾ ਕਿਤੇ ਜਿਹੜੇ ਖੇਤੀ ਖਰਚੇ ਨੇ, ਜਿਹੜੀ ਲਾਗਤ ਵਾ, ਜਾਂ ਜਿਹੜੇ ਸਾਡੇ ਮੁਸ਼ਕਲਾਂ ਨੇ, ਉਹਨਾਂ ਨੂੰ ਧਿਆਨ ਹਿੱਤ ਰੱਖ ਕੇ ਨਹੀਂ। ਮੇਰਾ ਸਵਾਲ ਪੁੱਛਣ ਦਾ ਲੌਜਿਕ ਇਹ ਸੀ ਕਿ ਕੀ ਬਾਕੀ ਧਰਨੇ ਪ੍ਰਦਰਸ਼ਨਾਂ ਦੀ ਲੋੜ ਹੈ? ਮੈਂ ਇਸ ਕਰਕੇ ਸਰਕਾਰ ਤੋਂ ਵੀ ਸਵਾਲ ਹੈ, ਤੁਹਾਨੂੰ ਵੀ ਸਵਾਲ ਹੈ, ਕਿਸਾਨ ਜਥੇਬੰਦੀਆਂ ਨੂੰ, ਕਿ ਲੋਕ ਦਿੱਕਤ ਚਾਹੁੰਦੇ ਨੇ ਨਾ ਸਰ, ਲੋਕ ਦਿੱਕਤ ਚਾਹੁੰਦੇ ਨੇ ਕਿ ਉਹ ਕਹਿੰਦੇ ਨੇ ਕਿ ਠੀਕ ਹੈ ਤੁਸੀਂ 300 ਲਵੋ, 350 ਲਵੋ, 400 ਲਵੋ, ਪਰ ਸਾਡਾ ਕੀ ਕਸੂਰ ਹੈ ਇਸ ਦੇ ਵਿੱਚ ਜੇ ਤੁਹਾਡਾ ਸਰਕਾਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਰੌਲਾ ਹੈ? ਦੇਖੋ ਜੇ CM ਸਾਹਿਬ ਮਹੀਨਾ ਪਹਿਲਾਂ ਐਲਾਨ ਕਰ ਦਿੰਦੇ, 15 ਦਿਨ ਪਹਿਲਾਂ ਐਲਾਨ ਕਰ ਦਿੰਦੇ, ਨੋਟੀਫਿਕੇਸ਼ਨ ਜਾਰੀ ਕਰ ਦਿੰਦੇ। ਮੈਂ ਗੌਰਵ ਜੀ ਤੁਹਾਨੂੰ ਦੱਸਣਾ ਚਾਹੁੰਦਾ, ਜੇ ਅੱਜ ਵੀ CM ਸਾਹਿਬ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਤੇ 10 ਤਰੀਕ ਤੋਂ ਪਹਿਲਾਂ ਮਿੱਲਾਂ ਨਹੀਂ ਚੱਲਣੀਆਂ ਤੇ 10 ਦਿਨ ਅਸੀਂ ਹੋਰ ਲੇਟ ਆਵਾਂਗੇ ਅਜੇ ਵੀ, ਠੀਕ ਹੈ। ਚਲੋ ਇੱਕ ਆਖਰੀ ਸਵਾਲ, ਹੁਣ ਕੋਈ ਧਰਨੇ ਪ੍ਰਦਰਸ਼ਨ ਦਾ ਪਲਾਨ ਤਾਂ ਨਹੀਂ ਹੈ? ਨਹੀਂ, ਫਿਲਹਾਲ ਅਸੀਂ ਮੀਟਿੰਗ ਕਰਕੇ ਆਏ ਹਾਂ। ਹੁਣ ਧਰਨੇ ਇਸ ਕਰਕੇ ਨਹੀਂ ਲੱਗ ਸਕਦੇ ਕਿਉਂਕਿ ਜੇ ਸਾਡੇ ਕੋਲ ਸਮਾਂ ਹੀ ਨਹੀਂ ਬਚਿਆ, CM ਸਾਹਿਬ ਨੇ ਐਨ ਨੱਕੇ ਤੇ ਜਾ ਕੇ ਸਾਨੂੰ, ਠੀਕ ਹੈ, ਚਲੋ ਸਰ ਮੈਂ ਤਾਂ ਸਮਾਂ ਖਤਮ ਹੋ ਰਿਹਾ, ਮੈਂ ਛੋਟਾ ਛੋਟਾ ਰਿਐਕਸ਼ਨ ਲੈਣਾ। ਕਿਰਪਾਲ ਜੀ, ਕਿਰਪਾਲ ਸਿੰਘ ਜੀ ਬਹੁਤ ਛੋਟਾ ਜਿਹਾ ਰਿਐਕਸ਼ਨ ਚਾਹੂੰਗਾ, ਪਰ ਮੈਂ ਸਮਝਣਾ ਚਾਹ ਰਿਹਾ ਕਿ ਵਾਕਈ ਇਸ ਤਰੀਕੇ ਨਾਲ ਹੀ ਹੁੰਦਾ ਰਹੇਗਾ ਕਿ ਕਿਸਾਨਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਣ ਤੇ ਉਸ ਤੋਂ ਬਾਅਦ ਇਹ ਸਾਰੇ ਐਲਾਨ ਹੋਣ, ਜਾਂ ਕੋਈ ਵਿਚਾਲੇ ਦਾ ਰਾਹ ਕੱਢਣਾ ਚਾਹੀਦਾ ਕਿ ਕੋਈ ਐਕਸਪਰਟਸ ਬੈਠ ਜਾਣ, ਸਾਹਮੋ ਸਾਹਮਣੇ ਬੈਠ ਕੇ ਗੱਲ ਕਰਨਾ? ਸਰਕਾਰ ਦਾ ਆਪਣਾ ਤਰਕ ਹੈ, ਕਿਸਾਨਾਂ ਦਾ ਆਪਣਾ ਤਰਕ ਹੈ, ਰੇਟ ਨੂੰ ਲੈ ਕੇ ਸਹਿਮਤੀ ਨਹੀਂ ਬਣ ਪਾਉਂਦੀ। ਹੁਣ ਮੈਂ ਕਣਕ ਝੋਨੇ ਦਾ ਜ਼ਿਕਰ ਕਰਦਾ ਤਾਂ ਸੈਂਟਰ ਦੀ ਸਰਕਾਰ MSP ਐਲਾਨ ਦਿੰਦੀ ਹੈ, ਉਹੀ ਸਾਰੇ ਪਾਸੇ ਜਾ ਕੇ ਇੰਪਲੀਮੈਂਟ ਹੋ ਜਾਂਦਾ। ਉਹਨਾਂ ਨੂੰ ਲੈ ਕੇ, ਰੇਟ ਨੂੰ ਲੈ ਕੇ ਕਦੇ ਕੋਈ ਵੱਡਾ ਪ੍ਰਦਰਸ਼ਨ ਹੋਇਆ ਹੋਵੇ ਇਸ ਤਰੀਕੇ ਨਾਲ ਦੇਖਣ ਨੂੰ ਸੁਣਨ ਨੂੰ ਮਿਲਿਆ ਨਹੀਂ? ਗੌਰਵ ਜੀ, ਇਸ ਤਰ੍ਹਾਂ ਚਾਹੀਦਾ ਵੀ ਜਿਹੜੇ ਖੇਤੀ ਮਾਹਰ ਆ ਉਹ ਇਕੱਠੇ ਹੋ ਕੇ ਬੈਠ ਕੇ ਇਸ ਦੇਖਣ ਪਈ ਇਸ ਟਾਈਮ ਆਪਣੇ ਦੇਸ਼ ਵਿੱਚ ਲੋ ਕੋਸਟ ਟੈਕਨੋਲੋਜੀ ਕਿਹੜੀ ਚੱਲ ਰਹੀ ਆ। ਇੱਕ ਜਿਹੜੀ ਲੋ ਕੋਸਟ ਟੈਕਨੋਲੋਜੀ ਆ ਉਹੀ ਇੱਕੋ ਇੱਕ ਹੱਲ ਆ, ਜੇ ਆਪਾਂ ਉਹਦੇ ਕਿਸੇ ਵੀ MSP ਨੂੰ ਜਾਂ ਕਿਸੇ ਵੀ ਚੀਜ਼ ਨੂੰ ਆਪਾਂ ਕੰਟਰੋਲ ਕਰਨਾ ਉਹਦਾ, ਠੀਕ ਹੈ। ਤੇ ਨੰਬਰ 2 ਤੇ ਪਈ ਜੇ ਮਹਿੰਗਾਈ ਇਹ ਰੋਕਣੀ ਆ
सब तो बड़ा एक सरकार नूं इह चाहीदा भी जिहड़े ठेके दिनों दिन बेलगाम आउंदे जा रहे आ जी ਉਹਨਾਂ ਤੇ ਰੋਕ ਲਾਈ ਜਾਵੇ ਤੇ ਜਿੱਦਾਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਜੀ 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 ਜਾਂ ਕਿਸੇ ਗੁਰੂ ਘਰ ਦੀਆਂ ਜ਼ਮੀਨਾਂ ਉਹਨਾਂ ਦਾ ਠੇਕਾ ਜਿਹੜਾ ਆ ਉਹ ਇਸ ਤਰ੍ਹਾਂ ਵੱਧ ਜਾਂਦਾ ਬਈ ਬੋਲੀ ਦੇਣ ਵਾਲਾ ਲੱਖ ਲੱਖ ਰੁਪਏ ਤੋਂ ਉੱਤੇ ਠੇਕਾ ਵੀ ਬੋਲੀ ਦੇ ਦਿੰਦੇ ਆ ਇਹ ਲਗਾਮ ਲੱਗਣੀ ਚਾਹੀਦੀ ਆ ਠੇਕਾ ਕੰਟਰੋਲ ਹੋਣਾ ਚਾਹੀਦਾ ਜੇ ਠੇਕਾ ਕੰਟਰੋਲ ਹੋਊਗਾ ਤਾਂ ਤੁਸੀਂ MSP ਜਿਹੜਾ ਆ गौरव जी ऐदां बिलकुल लोग खज्जल खुआर हुंदे जदों धरने लगदे आ पर पंजाब सरकार दे सीएम साहब भगवंत मान जी दी जिम्मेवारी है इनका हल कढ़न ए प्रवोक क्यों करते हैं इन्होंने कहा सी पहला वजह देख के धरने लगते हैं ते हुण जगह देख के लगते हैं फिर दूजा इन्होंने प्रवोक ऐतकी की किया कहिंदा वी बंदे नहीं लभणे इन्हां नूं धरने लाने वास्ते आपां प्रवोक ना करिए आपां उन्हां दी तकलीफ समझिए बैठिए जे बैठ के हल हुंदा हुण वी तां आपां बैठिए ना चाहे 11 रुपए दिते है जे 31 रुपए 35 रुपए 40 रुपए कर देंदे ते किसान खुश हो जांदे ते तुहाडी जय जयकारी करनी सी फिर तुसीं इस गल तों डरिया ना करो भज्जिया ना करो अपनी गल तों फिल्मी स्टाइल काम ना करो ठीक है अदाकार बन सकते सीएम पर सीएम बनने तो बाद अदाकारी ना कर समा खत्म है प्रोफेसर साहब तुहाडा मैं फाइनल कमेंट चाहूंगा देखो लोग ये चाहते ने किसान भी और इनफैक्ट सरकार दे विच जिहड़े नुमाइंदे बैठे ने तुसी भी सारे यही चाहते ने कि रौला ना पवे बैठ के गल खत्म हो जाए और हर बारी इस तरीके नाल ना होवे कोई सौखा प्रोसीजर हो सकता है कि उन्होंने धरने तो पहले ही ऐलान हो जाए धरने तो पहले ही मीटिंग हो जाए धरने तो पहले ही गल बन जाए देखो जिहड़े गोशा जी गल कह रहे हैं ना भगवंत मान साहब सब तो वध अवेलेबल मुख्यमंत्री ने लोगों को इत्थे तां लोग महलां चों नहीं सी निकलदे हुंदे सब तो वध लोगों च रहिंदे आ सब तो वध लोगों दीआं गल्लां सुणदे आ और उन्हां दे फैसले करदे आ एक गन्ने की प्राइस डिकलेयर करन लई जां कर लई कुछ मोडैलिटीज़ वर्कआउट करनियां हुंदियां उहदे च थोड़ी जिहा टाइम जरूर लग गया आ पर इहदा मतलब यह नहीं है कि धरने प्रदर्शन ना हुंदे तां फिर इह प्राइस नहीं सी तय होनी और मिलां भी जिद्दां हुण कह रहे सी किसान आगू जल्दी चल जाणगीआं मैं छेती भगवंत मान साहब ऐलान करनगे विद इन नो टाइम सो ए बारे भी वो फाइनल स्टेज ते है सारा कुछ मीटिंग चल रही सी सारा प्रोसेसिंग हो गया तो लगता है कि पर्दे वाले कोई सिस्टम बना दिता जावे कि हर साल इतनी तारीख नु पहला नाम बहुत सुधार कीता है इतनी तारीख नु मिलन चल पैणगियां थोड़ा होर मतलब प्रोसीजर दे विच आ जावे ना हर बारी डिबेटा करिए आपां या धरने लगण कोई जरूरत नहीं इधरले पासे नु भी गल जा रही है सारा कुछ ही हो रहे हौच-पौच होया सीगा सारा कुछ सीधा कीता जा रहा है एदे बारे भी गल होवेगी जिहड़े ठेके कंट्रोल करन दी गल है जमीनां दे ठेके सारियां चीजां रेगुलेट नहीं कीतियां जा सकदियां सारियां चीजें सरकार इंटरवीन नहीं कर सकती ये तो जथेबंदियां रोल अदा कर सकदियां किसान जथेबंदियां के मतलब जिथे प्रॉफिटेबल नहीं है तो उन्ने बाद चढ़ के आपां नूं ठेके ते जमीन नहीं लैनी चाहिए ते क्योंकि कई चीजा जिहड़ियां ओह मार्केट ते छड़नियां पैनियां ना जे सरकार रेट फिक्स कर देगी हीराफेरी होनी शुरू हो जाएगी मैं ओही कहण लग्गिया सी कि जमीनां दे वी रेट तां फिक्स हैगे ने कलेक्टर रेट जिस पंजाब विच वैसे ही जमीन महंगी आ जमीन महंगी है जी ते सारा कुछ रेट सरकारी हो सकदा है कि किले दा रेट या एकड़ दा रेट जिन्ना हुंदा उस तो कई गुणा ज्यादा ब्लैक मनी लोग दे दुआबे च भी जेड़ा हैगा दुआबे च जमीन भी सारे मालवे ते माझे नालों भी महंगी है ओदे करके भी प्रॉब्लम्स आउंदियां फिर ठीक है चलो मेरे को समा खत्म हो चलिया सर बहुत-बहुत धन्यवाद सारे मेहमानां दा साडे नाल जुड़न दे लई इस पूरी गलबात दे विच शामिल होण दे लई